ਨਾਮ ਵਾਹਿ ਗੁਰੂ ਸਾਹਿਬ ਜੀਓ ਖੇ ਅਜਿਤ ਸੂਰ ਸੰਗਰਾਮੰ ਤਤ ਬਲਨਾ ਬਹੁ ਮਰਦਨ ਹੈ ਗਣ ਗੰਧਰਵ ਦੇਵ ਮਾਨੁਖਿਅੰ ਪਸ਼ ਪੰਖੀ ਵੀ ਮੋਹਨ ਹਰ ਕਰਨ ਕਾਰਨ ਨਮਸਕਾਰਨ ਸ਼ਰਨ ਨਾਨਕ ਜਗਦੀਸ਼ੁਰ ਹੈ ਹੇ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪਰਮਾਵਣ ਚਿਤ ਹਰਨੰ ਤ੍ਰੈ ਲੋਕ ਗਮਯੰ ਜਪ ਤਪ ਸ਼ੀਲ ਵਿਦਾਰਣ ਹੈ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ ਤਵ ਭੈ ਵਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ ਤਵ ਭੈ ਵਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਈ ਮਨ ਖੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਵਿੱਚ ਆਪ ਜੀ ਨੇ ਗੁਰੂ ਇਤਿਹਾਸ ਕਿਰਤ ਭਾਈ ਸੰਤੋਖ ਸਿੰਘ ਹੋਰਾਂ ਦੀ ਆਪ ਜੀ ਨੇ ਬੜੇ ਪਿਆਰ ਨਾਲ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। ਚੱਲ ਰਹੀ ਲੜੀਵਾਰ ਸਲੋਕ ਸਹਿਸਕ੍ਰਿਤੀ ਦੀ ਵਿਚਾਰ ਅਨੁਸਾਰ ਅੱਜ ਆਪ ਜੀ ਨੇ ਦੋ ਸਲੋਕ ਸਰਵਣ ਕੀਤੇ ਨੇ, ਜਿਸ ਦੀ ਵਿਚਾਰ ਗੁਰੂ ਬਖਸ਼ ਨਾਲ ਆਪਾਂ ਨੇ ਕਰਨੀ ਹੈ। ਸਤਿਗੁਰੂ ਮਿਹਰ ਕਰਨ ਆਪ ਹੀ ਇਕਾਗਰਤਾ ਤੇ ਸ਼ਰਧਾ ਨਾਲ ਇਸ ਪਾਵਨ ਪਵਿੱਤਰ ਬਚਨ ਦੀ ਵਿਚਾਰ ਕਰਾ ਲੈਣ। ਸਾਹਿਬ ਸ੍ਰੀ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਸ਼ਲੋਕਾਂ ਦੀ ਲੜੀ ਅੰਦਰ ਜਿਨ੍ਹਾਂ ਪੰਜਾਂ ਵਿਕਾਰਾਂ ਦੀ ਗੱਲ ਕਰੀਬ ਕਰੀਬ ਹਰ ਇੱਕ ਜਪਣ ਵਾਲਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹਨੇ ਆ ਉਹਦੇ ਵਿੱਚੋਂ ਮਿਲਦੀ ਏ, ਅੱਜ ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਇੱਕ ਵਿਕਾਰ ਨੂੰ ਲੈ ਕੇ ਉਹਦੇ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ। ਸਤਿਗੁਰੂ ਨੇ ਇਨ੍ਹਾਂ ਪੰਜਾਂ ਵਿਕਾਰਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਲਿਆ ਮੋਹ ਨੂੰ। ਮੋਹ ਤੋਂ ਬਾਅਦ ਗੁਰੂ ਪੰਚਮ ਪਿਤਾ ਜੀ ਨੇ ਗੱਲ ਕੀਤੀ ਹੈ ਕਾਮ ਦੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਅਸਲ ਵਿੱਚ ਇਹ ਪੰਜ ਜਜ਼ਬੇ ਨੇ, ਜਿਨ੍ਹਾਂ ਪੰਜ ਜਜ਼ਬਿਆਂ ਨੂੰ ਜਿਨ੍ਹਾਂ ਅੰਦਰ ਦੀ ਇਸ ਸ਼ਕਤੀ ਨੂੰ ਕੋਈ ਕਾਬੂ ਕਰਕੇ ਸਹੀ ਰਸਤੇ ਵੱਲ ਵਰਤੋਂ ਕਰ ਲਵੇ ਤਾਂ ਇਹ ਸ਼ਕਤੀ ਜਿਹੜੀ ਇਹ ਪ੍ਰੀਤਮ ਦੇ ਘਰ ਵੱਲ ਨੂੰ ਜਿਹੜਾ ਇਹ ਕਾਮ ਦਾ ਰਸ ਏ ਉਹ ਰਾਮ ਦਾ ਰਸ ਬਣ ਸਕਦਾ ਹੈ, ਤੇ ਜੇ ਇਸ ਸ਼ਕਤੀ ਦੀ ਮਨੁੱਖ ਦੁਰਵਰਤੋਂ ਕਰਦਾ ਤੇ ਇਸ ਦੇ ਨਾਲ ਵੀ ਇਹਦਾ ਉੱਚਾ ਆਚਰਣ ਜਿਹੜਾ ਤਬਾਹ ਹੋ ਜਾਂਦਾ। ਸਤਿਗੁਰੂ ਨੇ ਬਾਣੀ ਵਿਚ ਬਖਸ਼ਿਸ਼ ਕੀਤੀ ਏ, ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਦੇਖ ਇਹਨਾਂ ਪੰਜਾਂ ਨੂੰ ਜੇਕਰ ਤੂੰ ਕਾਬੂ ਰੱਖ ਲਵੇਂ ਇਹ ਤਾਂ ਮਾਨੋ ਇਸ ਤਰ੍ਹਾਂ ਜਿਵੇਂ ਇੱਕ ਹੜ ਦਾ ਪਾਣੀ ਹੋਵੇ, ਜਿਵੇਂ ਹੜਾਂ ਦੇ ਪਾਣੀ ਨੂੰ ਕੋਈ ਇੱਕ ਥਾਂ ਤੇ ਕੰਟਰੋਲ ਕਰ ਲਵੇ, ਬੰਨ ਮਾਰ ਕੇ ਰੋਕ ਲਵੇ, ਤੇ ਉਹੀ ਪਾਣੀ ਜਿਹੜਾ ਸਾਡੀਆਂ ਜ਼ਮੀਨਾਂ ਨੂੰ ਸਾਡੀਆਂ ਖੇਤੀਆਂ ਵਿਚ ਸਾਡੀ ਮਦਦ ਲਈ ਤਿਆਰ ਹੋ ਜਾਂਦਾ, ਉਸੇ ਪਾਣੀ ਦੀ ਬਦੌਲਤ ਹਰੀਆਂ ਫਸਲਾਂ, ਉਸੇ ਪਾਣੀ ਦੀ ਬਦੌਲਤ
इना धान अनाज उपजदा है ते ओही पानी जे किते बन तो बिना अपना आप वक वक पासे नू निगल जाए कोई भी काबू ना कर सके ओही पानी कई बारी तबाहियां दा कारण बन जांदा है। ता पानी ना जदों किसे बंदेज विचे जदों किसे मर्यादा दे अधीन है ते ओही पानी जेड़ा साडे जीवन विच मददगार है ते बेतरतीबा बेमर्यादा पानी जेड़ा है ओह जीवन दी तबाही कर दिंदा है। ओही अग जिस अग ते असी खाना तैयार करने जिस अग ते आपां अंदर दी भुख दी अग नू बुझाण लई पेट दी अग बुझाण लई उस अग दी वरतों करके कईयां दी भुख दूर करने आ किसे मर्यादा अधीन आई हुई अग साडे जीवन नू दान बख्श दीए सानू जीवन बख्श दीए ते बेमर्यादा हुई ओही अग लग जाए तां घरां दे घर साड़ के तबाह कर दिंदी। एक शक्ति है मेरे गुरुदेव कहिंदे ने जे तां गुरु दी कृपा नाल इहदे ते तू काबू पा लिया ध्यान रखी फिर तां इस तरह जिवें मानो पानी खेतां नू जी दान दिंदा है जिवें अग किसे दी रोजी दा प्रबंध कर दीए ते जे आपे विच ए काबू विच ना आए ते प्यारिया ए जीवन नू साड़ के तबाह कर दे। सतगुरु जी दे प्यारे सिख भाई गुरदास ने बड़े प्यारे बचन कहे वैसे कई वरी शब्द विच इन्हां दा जिक्र आ चुका है कि इन्हां पंजां नू किसे विरले ने काबू कीता है। धन गुरु ग्रंथ साहिब दी बाणी विच गुरु अर्जन साहिब जी दा एक बचन आउंदा मैं पहला अर्ज कर दिया। साहिब गुरु अर्जन देव कहिंदे ने संसार एक अखाड़ा है ते इस अखाड़े विच पता नहीं कई तरह दे वाजे कई तरह दीआं तूतियां कई तरह दे ढोल वजदे ने ते गुरदेव कहिंदे ने मैं की देखना वा एक नहीं पंज पहलवान इस अखाड़े विच रब ने उतार दिते ते पंजे फेरियां पा के कहिंदे ने कोई साडा मुकाबला कर सकदा है। सानू पता है पिंडां विच देखने आ जदों कुश्ती दा अखाड़ा लगदा कपड़े उतारन तो पहला पहलवान उस अखाड़े दे चार चुफेरे घूमदा है उहदा मतलब है मैं अखाड़े विच उतरिया जे किसे दी जरूरत है ताकत है मेरे नाल आ के हथ मिला के कुश्ती करे ते जदो पहलवान फेरी पांदा है ना ते ओदे बराबर दा जे कोई होवे ओ अगे वध के हथ मिलांदा है इहदा मतलब है मैं तेरे नाल कुश्ती करन नू तैयार हां। धन गुरु ग्रंथ साहिब कहन लगे संसार इक पहलवाना दा अखाड़ा है काम क्रोध लोह मोह ते अहंकार ए मानो फेरियां पै पांदे ने ते कह रहे ने कोई है साडे मुकाबले ते ते साहिब कहिंदे ने इन्हां पहलवाना दे जोश नू वधाउण लई आ दुनिया दे नाटक चेटक दुनिया दे गंदे गीत दुनिया दियां गंदियां धुनां इन्हां पहलवाना नू जोश देंदियां ने। कहिंदे ने मैं नहीं कोल खलोता सां मेरे गुरु ने कहा कहन लगे इन्हां पहलवाना नाल कुश्ती लड़ोगे ते गुरु पंचम पिता जी कहिंदे ने मैं क्या मालका इन्हां एक एक ने वड्डे वड्डे ऋषि धर्मात्मा जपियां तपियां दी पिछ ला दित्ती मैं इकला किवें लड़ लवां ते अगो आवाज आई नहीं घबराना भावे ए कई सिरां तो दुनिया दे वड्डे वड्डे धर्मात्मा दे जीवन तबाह करदे आए जे किते गुरु नानक दी कृपा दा हथ तेरी पिठ ते होवे फिर हार के नहीं फिर इस अखाड़े विचो गुरु के सिखा तू जित के जाए। सतगुरु कहन लगे मैं कुश्ती विच उतरिया पर उतरिया उदो जदो गुरु ने कृपा कीती एदा मतलब के इना वकारा नू अपने हाथ नाल नहीं गुरु दी कृपा लैके तुरी क्योंकि इस चंद्रे चंचल मन दा कोई पता नहीं केड़ी थां के इन्हें जाके गंदगी दे ढेर ते बह जाण जे गुरु दी कृपा नाल होवे फिर भय नहीं। कहिंदे ने सतगुरु ने हाथ फेरिया मैदान विच उतरिया पता ही उदो लगा दुनिया एक एक तो हार के जांदी है ते मेरे गुरु पंचम पिता कहिंदे ने मैं पंजा नू जित के वाहिगुरु जी दे घर नू जाना पिया। बाणी विच बचन आया हौ गोसाई दा पहलवानड़ा पहलवानड़ा दर से छोटा जा पहलवान हौ गोसाई दा पहलवानड़ा मैं गुरमिल उच दुमालड़ा सब होई छिंज इकठिया दया बैठा वेखा आप जियो वात वजन तमक फेरियां मल लथे लेंदे फेरियां पहलवान फेरियां पै पांदे ने ते गुरु अर्जन साहिब कहिंदे नहते पांज जवान में गुर छापी दित्ती कंड जियो ते जदों जित के तुरिया वा ते एक आवाज आई सब इकट्ठे होए आया एदा अर्थ सी
मनमुख ते गुरमुख का जन्म इको जिहा है, सवांच इको जिहे ने, आउण दा रस्ता इको जिहा है, पर जदों दुनिया तो तुरन लगे गुरमुख का रस्ता वख हो गया ते मनमुख का वख हो गया। सब इकट्ठे होए आया, आए इको रस्ते, घर जासन वाट वटाया, तुर लग्या रस्ते वखरे वखरे, क्यों? गुरमुख लाहा लै गए, मनमुख चले मूल गवाए जी। गुरमुख जीवन दी बाजी जित के गया, मनमुख हार के गए। भाई गुरदास नूं पुछिए, जे किसे बंदे ने सारी जिंदगी जीवन कमाया है ना, बड़ी खतरनाक खेड है वैसे अध्यात्मक जीवन। स्याणे लोग एक गल कहिंदे हुंदे ने, कहिंदे ने दौलत चली जाए कदी भी रोण ना बह जाई, अज चली गई रब मेर करेगा कल नूं मिल जाएगी। दौलत गई कुछ नहीं गया, जे शरीर दी सेहत चली गई कुछ गया, ते जिस बंदे दा आचरण निगर गया ओदे पल्ले कुछ भी नहीं रह गया, ओ जिउंदे जी खत्म हो गए। आचरणहीन बंदे नूं कोई थां नहीं। सतगुरु ने प्यारे सिख भाई गुरदास कहन लगे कि ऐ मना तू याद रख, क्योंकि कई वरी कई वरिया दी कीती हुई कमाई एक खिन दी गलती कीती हुई बंदे दे जीवन नूं तबाह कर दिंदी। भाई गुरदास ने बचन कीता, पुछया किवें? भाई साहब ने कहा, कहन लगे शरीर नूं पालदिआं कई वरे हो गए। मान लो एक नौजवान जिहदी उम्र 25-26 साल दे करीब, कद काठ भी बड़ा है, माता ने अपनी जिंदगी वार के उस बच्चे नूं परवरिश कीती, ओनूं रोजी दित्ती, ओहदी संभाल कीती। भाई गुरदास कहिंदे ने शरीर पालदिआं 25 साल लगे, पर याद रखी उस शरीर नूं पालन लई 25 साल विच पता नहीं कितना कु अनाज, कितने कु फल, किन्ना कु दुध, किन्ना कु रस पी गया। 25 सालां दी फली होई देह नूं मारन वास्ते 25 साल नहीं चाहिए, सिर्फ जो चार किते जहर दीआं बूंदां दे दे, 25 साल दी कीती हुई कमाई एक खिन विच खत्म हो जाए। 25 साल दा पलिया होया शरीर एक खिन विच मुरझा सकदा है। भाई गुरदास कहिण लगे मझ चोने आ, सारा दिन मझ चरदी है, पत्थे पाने आ खुली विच, आपां खल पाने आ, किते किते तूड़ी दा गतावा करने आ, ते जे किते शाम नूं दुध चोईए, सारे दिन दी मझ दी मेहनत जिहड़ी है चार बूंदा कांजी दीआं पा दे, बिलकुल तबाह हो जाएगी। तीसरा बचन कीता, रूं 6 महीने इकट्ठा करदा रहा, कपाह दी फसल बीजी, गोडी दित्ती, संभाल कीती। 6 महीनिया बाद जदों रूं दा ढेर लगा, ते 6 महीनिया दी फसल तबाह कर दिया। 6 महीने नहीं चाहिए, एक छोटी दी अग दी चिंगारी जिहड़ी है 6 महीनिया दे रूं नूं साड़ के सवाह कर दे। कमाल दे बचन कह भाई साहब ने, कहन लगे 25 सालां दा शरीर पालिया होया एक खिन विच मर सकदा है। याद रख सारे दिन दा इकट्ठा कीता होया दुध चार कांजी दीआं बूंदां नाल तबाह हो सकदा है। 6 महीनिया दी इकट्ठी कीती हुई रूह एक खिन विच भस्म राख बन सकदी है, ते 70 साल दा कमाया होया जीवन जे किते भलिया एक खिन गलती हो गई, सारा जीवन जेड़ा मिट्टी दा ढेर बन जांदा है, क्योंकि वकारां दा पता नहीं। भाई गुरदास जी ने जदों ए बचन कहे, बड़े कमाल दे उन्हां बचन सन, मैं खैर संखेप विच अगे तुरां। सतगुरु अज पहला जदों गल करदे ने मोह दी बाणी विच ना, पहली गल मोह है कि मोह एक अंदर दा ओ जज्बा है, एक है प्रेम, दूसरा है मोह। जिस गुरमुख ने मोह ते काबू पा लिया ओदे अंदर प्रेम दा जन्म हुंदा है, ते जिस बंदे ते मोह काबू नहीं ओदे अंदर प्रेम नहीं। मोह दा मतलब किसे एक चीज नूं पकड़ के बैठ जाना। उदाहरण दे तौर ते अपना पुत्र औगणा नाल भरिया होवे, दूजे दा गुणवान होवे, असी गुणवान दी निंदा करेंगे, अपने औगणा वाले नूं भी चंगा कहांगे, इहदा मतलब है कि अपने पुत्र दे नाल अंदरों मोह दी तंद जुड़ी हुई है। अपना चेहरा करूप होवे, दूसरे दा हुसीन होवे, असी सुंदर चेहरे नूं करूप कहांगे, अपने करूप नूं सोहणा कहांगे, इहदा मतलब अंदर शरीर दे मोह भी जड़िया होया। सतगुरु ने बाणी विच मोह नूं खूह नाल भी तुलना दित्ती है। गुरु ग्रंथ साहिब जी ने बाणी विच मोह नूं समुंदर नाल भी तुलना दित्ती है। गुरु ग्रंथ साहिब ने मोह नूं एक जंजीर नाल भी तुलना दित्ती है। ते धन गुरु ग्रंथ साहिब कहिंदे ने मोह होवे कि हर एक चीज ते पकड़ अपनी बना लेनी, ते इथों तक मोह विच फसिया होया बंदा रब नूं भी कहिंदा ए दूजा मेरा नहीं। सतगुरु की बाणी विच बचन आया,
हजूर जी कृपा कर दे ने कह लगे प्यारे याद रखी सारी दुनिया ते माया दा मोह छाया होए माया मोह सगल जग छाया कामन देख काम लुभाया सुत कंचन शो खेत वधाया ते मोह वाला बंदा की कहंदा सब किछ अपना इक राम पराया सब कुछ मेरा एक रब जेड़ा ए बेगाना। सतगुरु ने पहला गल कीती मोह दी कह लगे ए मोह तू ता वड़े वड़े बलवान बंदियां दे अंदर नू डुला देने पर गुरु ग्रंथ साहिब कहंदे ने जिदे ते गुरु की कृपा हो जाए ओ कहंदा मेरे दाता बां पकड़ ठाकुर हो कि दी तू ता मेनू बां पकड़ के कढ़ लिया मोह दी अग पे बलदी सी जे गुरु कृपा करे ता से कहंदा दाता अगन सागर बूढ़त संसारा नानक बां पकड़ सतगुरु निस्तारा। सतगुरु बाणी विच कहन लगे मोह चीकड़ निगरत हम जाते असी निगरदे पैसा मेरे दाता जी तू कृपा करके सानू निगरदिया होया नू रहमत करके बचा ले। यही कारण बाबा फरीद जी ने ना दो श्लोकां विच मोह दा बड़े प्यारे ढंग नाल जिक्र कीता है। कहन लगे सफर बड़ी दूर दा है कई जन्मां तो तुरदे आए हैं ते पता नहीं किन्ने किन्ने पड़ावां ते असी अपना जीवन जिहड़ा बतीत करके आए हैं। जदों असी श्लोक पढ़ने आ ना बाबा फरीद जी दा फरीदा गलिया चिक्कड़ दूर घर नाल प्यारे नेउ इहदे अखरी अर्था बरनगे यही कि गलियां विच चिक्कड़ है प्रीतम नाल प्यार है उहदा घर बड़ा दूर है चला तो भिजा कंबली तुरना वा मीह नाल कंबली भिज दी है राह तो टुटे ने जो रहना वा तो प्रीतम तो विछोड़ा पैंदा है। पर जदों बाणी दे सुधार विच इहदे अर्थ करिए ना वेखो इह कोई जरूरी नहीं किसी विद्वान ने टीका किया किसी ने भी किया हो नमस्कार भावे कितना स्याणा कोई कथावाचक होवे विद्वान होवे टीकाकार होवे दावे नाल ए नहीं कह सकता जो कुछ अर्थ मैं करके गया वा फाइनल है क्योंकि गुरु इना को आगाध बोधे जिन्नी को किसी समत दिती ओनी को गल कर दिंदा। असीं यह पढ़ने भी गलिया भी चिक्कड़ है उत्तों मीह पिया पैंदा है तुरना वा चिक्कड़ नहीं निकलन देंदा उत्तों मीह कंबल नूं भेज देंदा है। पर जदों बाणी नूं पढ़े ते कमाल दी बचन विचों मिले हजूर कह रहे ने फरीदा गलिया चिक्कड़ दूर घर गलिया भी चिक्कड़े कादा चिक्कड़ हुण लोग कहणगे लो जी गली भी चिक्कड़ होवे तां गड्डी ते चढ़ के गुरुद्वारे आ जांदे आ कदी अर्थ करके देखो गलिया चिक्कड़ गलिया चिक्कड़ दा अर्थ जेड़े मेरे इंद्रे ए गलिया ने ना एक एक इंद्रे विच मेरे दातिया मोह दा चिक्कड़ फसिया होया मेरे मन नूं टिकन नहीं देंदे गलिया चिक्कड़ दूर घर ते दूजी गल एक ता मोह दा चिक्कड़ नहीं तुरन देंदा क्योंकि बाणी विच असीं रोज पढ़ने आ पंकज मोह दा चिक्कड़ पग नहीं चल रहा पैर नहीं तुरन देंदा गलिया चिक्कड़ अंदर भी मोह दा चिक्कड़ है एक एक इंद्रा मोह दे चिक्कड़ विच फसिया है ते किवें फसे ने इथों तक मोह दे चिक्कड़ विच डिग्गा होया बंदा बेहोश होया है इहनू समझ ही कोई नहीं कि मैनू मोह दा नशा किन्ना कु चढ़े। बाणी विच इक बचन आउंदा हजूर दा कहिंदे ने नैनो नींद पर दृष्ट विकार सरवण सोए सुन निंद विचार रसना सोई लोभ मीठा स्वाद मन सोया माया विस्माद मन माया दे नशे विच माया दे मोह दे चिक्कड़ विच फसे है ए भी सुता पिया साहब कहिंदे ने इस ग्रह में कोई जागत रहे कोई विरला अपने घर भी जागदा मोह तोठदा साबत वस्तु ओ अपनी लहे। कहन लगे मोह दा चिक्कड़े गलिया चिक्कड़ हुण दूर घर घर बड़ा दूर है ते मैं अर्ज करा दूर दा मतलब ए नहीं कि असी पांच दस मील तो दूर दूरों आए हां दूर दा मतलब है मेरे वह गुरु केते रुख बिरख हम चीने अज ना नहीं तुरिया बड़ी दूर तो आया हूं कदी रुखां दी जून विच प्या जेड़े पहाड़ा ते खलोते ने ए भी एक जून है केते रुख बिरख हम चीने मैं अपने पिंडे ते तपश भी हंडाई अपने पिंडे ते कक्कर भी हंडाया मैं झखड़ भी हंडाए मैं वरदी हुई बरसात विच भी खलोता रहा दूर घर गुरु नानक साहिब दा बचन केते रुख बिरख हम चीने केते पशु पाए कदी दातिया पशुआं दे चोले पा के मैं सफर कीता कहन लगे केते नाग कुली मैं आए केते पंख उड़ाए कई वरी नाग बन के बैठा रहा ते कई वरी पंछी बन के उड़िया मैं दातिया अज दा नहीं कई जन्मां तो तुरिया उन्ना पिया दूर घर तेरा घर मेरे तो दूर हो गया प्रीदा गलिया चिक्कड़ दूर घर
ਮੋਹ ਦਾ ਚਿੱਕੜੇ, ਪ੍ਰੀਤਮ ਦਾ ਘਰ ਕਈ ਜਨਮਾਂ ਦਾ ਦੂਰ ਹੋ ਗਿਆ, ਨਾਲ ਪਿਆਰੇ ਨਿਉ ਹੁਣ ਮਨੁੱਖਾ ਦੇਹੀ ਮਿਲ ਗਈ, ਅੰਦਰ ਤੂੰ ਨਾਮ ਦਾ ਕਿਣਕਾ ਟਿਕਾ ਕੇ ਪ੍ਰੇਮ ਪੈਦਾ ਕਰ ਦਿੱਤਾ, ਤੇ ਕਮਾਲ ਦੀ ਗੱਲ ਇਹ ਚਿੱਕੜ ਮੈਨੂੰ ਹੁਣ ਵੀ ਤੁਰ ਨਹੀਂ ਦਿੰਦਾ, ਚੱਲਾ ਤਾਂ ਭਿੱਜੈ ਕੰਬਲੀ, ਜੇ ਤੁਰਨਾ ਵਾ ਕੰਬਲ ਭਿੱਜਦਾ। ਕੰਬਲੀ ਦਾ ਮਤਲਬ ਅੰਦਰ ਵਾਲਾ ਮਨ। ਲੋਕ ਲਾਜ ਦੀ ਹੁੰਦੀ ਏ ਬਰਸਾਤ, ਜਦੋਂ ਲੰਘਣਾ ਵਾ ਲੋਕ ਲਾਜ ਤੋਂ ਡਰਨਾ ਵਾ, ਪਰ ਦਾਤਿਆ ਚੱਲਾਂ ਤਾਂ ਭਿੱਜੈ ਕੰਬਲੀ, ਰਾਹ ਤਾਂ ਟੁੱਟੈ ਨਿਉ। ਸੋਚਣਾ ਕਈ ਜਨਮ ਤਾਂ ਅੱਗੇ ਦੂਰੋਂ ਤੁਰ ਕੇ ਆਇਆ, ਜੇ ਹੁਣ ਵੀ ਨਾ ਗਿਆ ਤੇ ਪ੍ਰੀਤਮ ਦੀ ਕਿਰਪਾ ਨਹੀਂ, ਪਰ ਜਦੋਂ ਗੁਰੂ ਨੇ ਅੰਦਰ ਦਾ ਮੋਹ ਜਗਾ ਦਿੱਤਾ, ਫਿਰ ਆਵਾਜ਼ ਆਈ ਫਰੀਦਾ ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੈ ਮੇਹੋ, ਜੇ ਤੂੰ ਕਿਰਪਾ ਕਰੇ ਪਿੰਡੇ ਤੇ ਹੱਥ ਰੱਖ ਦੇ। ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ, ਉਹ ਵਿਚਾਰ ਉਹੀ ਏ, ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੈ ਮੇਹੋ, ਜਾਇ ਮਿਲਾ ਤਿਨਾ ਸੱਜਣਾ ਟੁੱਟੋ ਨਾਹੀ ਨਿਹੋ। ਮੈਂ ਹੁਣ ਮੋਹ ਦੇ ਚਿੱਕੜ ਦੀ ਨਹੀਂ ਪਰਵਾਹ ਕਰਦਾ, ਤੇਰੀ ਕਿਰਪਾ ਹੋਵੇ ਤੇ ਮੋਹ ਦਾ ਚਿੱਕੜ ਮੈਨੂੰ ਕੁਝ ਵੀ ਨਹੀਂ ਕਹਿ ਸਕਦਾ। ਸਤਿਗੁਰੂ ਕਹਿਣ ਲੱਗੇ ਮੋਹ ਦੋ ਚਿੱਕੜ ਤੋਂ ਉਪਰ ਉੱਠ। ਪਹਿਲਾ ਜਿਹੜਾ ਬਚਨ ਕੀਤਾ ਮੈਂ ਇੱਕ ਇੱਕ ਸਲੋਕ ਨੂੰ ਲੈ ਕੇ ਅਰਜ਼ ਕਰਾਂ। ਸਾਹਿਬ ਕਹਿੰਦੇ ਨੇ ਹੇ ਅਜਿੱਤ ਸੂਰ ਸੰਗਰਾਮੰ, ਹੇ ਦਰ ਤੇ ਐ ਅਜਿੱਤ, ਅਜਿੱਤ ਦਰ ਤੇ ਜਿਹਨੂੰ ਕੋਈ ਜਿੱਤ ਨਹੀਂ ਸਕਦਾ। ਸੂਰ ਸੰਗਰਾਮੰ, ਸੂਰ ਦਾ ਅਰਥ ਹੈ ਸੂਰਮਾ, ਸੰਗਰਾਮ ਦਾ ਅਰਥ ਹੈ ਲੜਾਈ। ਕਹਿਣ ਲੱਗੇ ਹੇ ਮੋਹੋ, ਤੂੰ ਇਹੋ ਜਿਹਾ ਅਜਿੱਤ ਸੂਰਮੈਂ, ਤੇਰੇ ਨਾਲ ਲੜ ਕੇ ਅੱਜ ਤੀਕਰਾ ਕਦੀ ਕੋਈ ਜਿੱਤਿਆ ਨਹੀਂ। ਹੇ ਅਜਿੱਤ ਸੂਰ ਸੰਗਰਾਮੰਗ, ਅੱਤ ਬਲਨਾ, ਅੱਤ ਬਲਨਾ, ਬਲਨਾ ਦਰ ਤੇ ਬਲ ਵਾਲੇ, ਉਹ ਮਨੁੱਖ ਜਿਹੜੇ ਅੱਤ ਦੀ ਤਾਕਤ ਵਾਲੇ ਸਨ। ਅੱਤ ਬਲਨਾ ਬਹੁ ਮਰਦ ਨੇ, ਮਰਦ ਨੇ ਦਰ ਦਾ ਮਲ ਕੇ ਰੱਖ ਦੇਣੇ, ਜਿਹੜੇ ਇੰਨੇ ਇੰਨੇ ਬਹਾਦਰ ਸੂਰਮੇ ਸਨ। ਮੇਰੇ ਦਾਤਾ ਜੀਓ, ਤੂੰ ਬਹਾਦਰ ਸੂਰਮਿਆਂ ਨੂੰ ਵੀ ਰਵਾ ਕੇ ਰੱਖ ਦੇਣਾ। ਮੋਹ ਇਹੋ ਜਿਹਾ ਤੱਕਨੇ ਆ। ਅਭਿਮਨਿਊ ਦੀ ਮੌਤ ਹੋ ਗਈ, ਅਰਜਨ ਦੀਆਂ ਭੁੱਬਾਂ ਨਿਕਲ ਗਈਆਂ, ਅਰਜਨ ਜੀ ਚੁੱਕ ਕੇ ਆਏ ਕ੍ਰਿਸ਼ਨ ਕੋਲ, ਇਹਦਾ ਮਤਲਬ ਮੋਹ ਨੇ ਉੱਥੇ ਵਾਰ ਕਰ ਦਿੱਤਾ। ਇੱਕ ਨਹੀਂ, ਲਕਸ਼ਮਣ ਜੀ ਮੁਰਸ਼ਾ ਹੋ ਗਏ, ਰਾਮ ਚੰਦਰ ਜੀ ਦੀਆਂ ਭੁੱਬਾਂ ਨਿਕਲ ਗਈਆਂ, ਤੇ ਜਦੋਂ ਚਮਕੌਰ ਦੀ ਗੜੀ ਨੂੰ ਤੱਕਨੇ ਆ, ਮੇਰਾ ਪ੍ਰੀਤਮ ਕਲਗੀ ਵਾਲਾ ਤੁਰਦਾ ਹੈ, ਭਾਈ ਦਇਆ ਸਿੰਘ ਨਾਲੇ, ਭਾਈ ਧਰਮ ਸਿੰਘ ਨਾਲੇ, ਭਾਈ ਮਾਨ ਸਿੰਘ ਨਾਲੇ, ਪੁੱਤਰ ਅਜੀਤ ਸਿੰਘ ਦੇ ਚੋਲੇ ਵਿੱਚ ਚਰਨ ਅਟਕਦੇ ਨੇ, ਅਸਮਾਨ ਤੋਂ ਬਿਜਲੀ ਚਮਕਦੀ ਏ, ਪੁੱਤਰ ਦਾ ਮੂੰਹ ਦੇਖਦੇ ਨੇ, ਖੂਨ ਨਾਲ ਲੱਥ ਪਾਤੇ, ਛਾਤੀ ਦੀਆਂ ਆਂਦਰਾਂ ਬਾਹਰ ਨਿਕਲੀਆਂ ਨੇ। ਪਰ ਇਹ ਮੋਹ, ਤੂੰ ਸਾਰੀ ਦੁਨੀਆਂ ਨੂੰ ਜਿੱਤ ਗਿਓ, ਪਰ ਕਲਗੀ ਵਾਲੇ ਦੇ ਪੁੱਤਰ ਦੇ ਰੂਪ ਵਿੱਚ ਵੀ ਆਇਆ ਤੇ ਤੂੰ ਕਲਗੀ ਵਾਲੇ ਨੂੰ ਜਿੱਤ ਨਹੀਂ ਸਕਿਆ। ਦੇਖਿਆ ਮੋਹ ਆਇਆ, ਭਾਈ ਦਇਆ ਸਿੰਘ ਮੂੰਹ ਤੇ ਕੱਪੜਾ ਪਿਆ ਪਾਉਂਦਾ। ਹਜ਼ੂਰ ਕਹਿੰਦੇ ਨੇ ਦਇਆ ਸਿੰਘ ਇਹ ਕਿਉਂ? ਕਹਿਣ ਲੱਗਾ ਸਾਈਆਂ, ਤੇਰੇ ਤੀਰ ਨੂੰ ਸੋਨਾ ਤਾਂ ਲੱਗਾ, ਜਿਹੜਾ ਤੇਰੇ ਤੀਰ ਨਾਲ ਜ਼ਖਮੀ ਹੋ ਜਾਏ ਉਹਦਾ ਇਲਾਜ ਹੋ ਸਕੇ, ਜਿਹਦੀ ਮੌਤ ਹੋ ਜਾਏ ਉਹਦੇ ਸੰਸਕਾਰ ਦਾ ਪ੍ਰਬੰਧ ਹੋਵੇ। ਮੈਂ ਚਾਹੁੰਦਾ ਵਾਂ ਲੋਕਾਂ ਦੇ ਮਰੇ ਹੋਏ ਪੁੱਤਰ ਦੁਸ਼ਮਣਾਂ ਦੇ ਮੂੰਹ ਖੱਪਣ ਨਾਲ ਢੱਕਣ ਵਾਲਿਆ, ਤੇਰੇ ਪੁੱਤਰ ਦੇ ਚਿਹਰੇ ਨੂੰ ਆਪਣੇ ਕਮਰ ਕੱਸੇ ਦੇ ਕੱਪੜੇ ਨਾਲ ਢੱਕਦਿਆਂ ਮੋਹ ਦੀਆਂ ਤੰਦਾਂ ਤੋੜੀਆਂ ਮੇਰੇ ਗੁਰੂ ਨੇ। ਹੱਥ ਪਕੜ ਕੇ ਕਹਿਣ ਲੱਗੇ, ਉਹ ਦਇਆ ਸਿੰਘ ਇੱਕ ਅਜੀਤ ਤੇ ਜੁਝਾਰ ਨਹੀਂ, ਆ ਜਿੰਨੇ ਵੀ ਇੱਥੇ ਪਏ ਨੇ ਇਹਨਾਂ ਵਿੱਚੋਂ ਅਜੀਤ ਤੇ ਜੁਝਾਰ ਨਜ਼ਰ ਆਉਂਦੇ ਨੇ, ਕਮਰ ਕੱਸਾ ਇੱਕ ਇੱਕ ਕਿੰਨਿਆਂ ਕੁ ਦੇ ਚਿਹਰੇ ਨੂੰ ਟੱਕੇ। ਜੇ ਮੋਹ ਦੀਆਂ ਤੰਦਾਂ ਹੁੰਦੀਆਂ ਤੇ ਸ਼ਾਇਦ ਗੁਰੂ ਬਹਿ ਜਾਂਦਾ, ਮੇਰੇ ਪੁੱਤਰਾਂ ਦਾ ਸੰਸਕਾਰ ਕਰਕੇ ਜਾਇਓ। ਨਹੀਂ, ਸਾਹਿਬ ਕਹਿੰਦੇ ਨੇ ਵੱਡੇ ਵੱਡੇ ਸੂਰਮੇ ਤੂੰ ਜਿੱਤੇ, ਪਰ ਮੇਰੇ ਗੁਰੂ ਨੂੰ ਮੋਹ ਜਿੱਤ ਨਹੀਂ ਸਕਿਆ। ਖੈਰ ਮੈਂ ਅੱਗੇ ਤੁਰਾਂ। ਹਜ਼ੂਰ ਕਹਿੰਦੇ ਨੇ ਗਣ ਗੰਧਰਵ ਦੇਵ ਮਨੁੱਖਿਆਂ, ਗਣ ਗੰਧਰਵ, ਗਣ ਦਾ ਅਰਥ ਇੱਕ ਦੇਵ ਗਣ ਨੇ ਤੇ ਦੂਜੇ ਜਮ ਗਣ ਨੇ। ਗੰਧਰਵ ਦਾ ਅਰਥ ਹੈ ਦੇਵਤਿਆਂ ਦੇ ਰਾਗੀ। ਅਥਰਵੇਦ ਅਨੁਸਾਰ ਦੇਵਤਿਆਂ ਦੇ ਰਾਗੀਆਂ ਦੀ ਗਿਣਤੀ 363 ਹੈ, 8 ਇਹਨਾਂ ਵਿੱਚੋਂ ਪ੍ਰਧਾਨ ਨੇ। ਸਾਹਿਬ ਕਹਿੰਦੇ ਨੇ ਜਿਹੜੇ ਦੇਵਤੇ ਦੇਵਤਿਆਂ ਦੇ ਰਾਗੀ, ਦੇਵਤਿਆਂ ਦੇ ਸੇਵਕ, ਗਣ ਗੰਧਰਵ ਦੇਵ ਮਨੁੱਖਿਆਂ ਤੇ ਕੀ ਮਨੁੱਖ, ਪਸ਼ ਪੰਖੀ ਬਿਮੋਹ ਨੇ। ਹੇ ਮੋਹ, ਤੂੰ ਇੰਨਾ ਕੁ ਪ੍ਰਬਲ ਏ, ਇਥੋਂ ਤੱਕ ਕਿ ਪੰਛੀ ਤੇ ਪਸ਼ੂ ਵੀ ਤੇਰੀ ਮਾਰ ਤੋਂ ਬਚੇ ਨੇ। ਪਸ਼ੂ ਤੇ ਪੰਛੀ ਇਹ ਵੀ ਮੋਹ ਦੀਆਂ ਤੰਦਾਂ ਵਿੱਚ ਨੇ। ਇਥੋਂ ਤੱਕ ਇੱਕ ਅਦੀਬ ਲਿਖਦਾ, ਬਾਂਦਰ ਵਰਗਾ ਚੰਚਲ ਕੋਈ ਜੀਵ ਨਹੀਂ, ਜਿਹਨੂੰ ਯਾਦੀ ਕਿਸੇ ਨੂੰ ਚੰਚਲਤਾ ਨਾਲ ਤੁਲਨਾ ਦੇਣੀ ਹੋਵੇ ਉਹਨੂੰ ਬਾਂਦਰ ਨਾਲ ਤੁਲਨਾ ਦੇਣੇ ਆ, ਪਰ ਬਾਂਦਰ ਦੇ ਬੱਚੇ ਦੀ ਵੀ ਮੌਤ ਹੋ ਜਾਏ ਉਹ ਵੀ ਕਰੰਗ ਓਨੀ ਦੇਰ ਤੱਕ ਮਰੇ ਬੱਚੇ ਦਾ ਛੱਡਦਾ ਨਹੀਂ ਜਿੰਨੀ ਦੇਰ ਤੱਕ ਦੂਸਰਾ ਬੱਚਾ ਉਹਦੇ ਘਰ ਪੈਦਾ ਨਹੀਂ ਹੁੰਦਾ।
ਇਹਦਾ ਮਤਲਬ ਇੱਕ ਪਸ਼ੂ ਇੱਕ ਜੀਵ ਨੂੰ ਵੀ ਮੁੱਖ ਆ ਗਿਆ। ਸਾਹਿਬ ਕਹਿਣ ਲੱਗੇ ਗਣ ਗੰਧਰਵ ਦੇਵ ਮਨੁੱਖਿਅੰਗ ਪਸ਼ ਪੰਖੀ ਵੀ ਮੋਹਿਨੇ, ਤੂੰ ਪਸ਼ੂਆਂ ਤੇ ਪੰਛੀਆਂ ਨੂੰ ਵੀ ਆਪਣੇ ਵਸ ਵਿੱਚ ਕੀਤਾ ਹੈ। ਹਰ ਕਰਨ ਕਾਰਨ ਨਸ਼ ਨਮਸ਼ ਕਾਰਨ, ਪਰ ਹੇ ਗੁਰਸਿੱਖਾ ਜੇ ਮੋਹ ਤੋਂ ਤੂੰ ਬਚਣਾ, ਜਿਨੇ ਮੋਹ ਦਾ ਗੁੜ ਹਰ ਇੱਕ ਨੂੰ ਦਿੱਤਾ ਹੈ ਨਾ, ਤੂੰ ਉਹਦੇ ਚਰਨਾਂ ਦੀ ਸ਼ਰਨ ਵੀ ਚਲਾ ਜਾ। ਹਰ ਕਰਨ ਕਾਰਨ ਨਮਸ਼ ਕਾਰਨ ਸ਼ਰਨ ਨਾਨਕ ਜਗਦੀਸ਼ਵਰ ਹੈ, ਜਿਹੜਾ ਜਗਤ ਦਾ ਮਾਲਕ ਏ, ਤੂੰ ਕਿਰਪਾ ਕਰ ਉਹਦੇ ਚਰਨਾਂ ਵਿੱਚ ਬੇਨਤੀ ਕਰਕੇ ਉਹਦੇ ਚਰਨਾਂ ਨਾਲ ਜੁੜ ਜਾ। ਇਹ ਸੀ ਮੋਹ ਬਾਰੇ। ਹੁਣ ਅਗਲਾ ਜਿਹੜਾ ਸ਼ਲੋਕ ਹੈ ਨਾ, ਇਹਦੀ ਮਾਰ ਤੋਂ ਵੀ ਕੋਈ ਮਾਈ ਦਾ ਲਾਲ ਬਚਦਾ ਜਿਹਦੇ ਤੇ ਗੁਰੂ ਨਾਨਕ ਦੀ ਮਿਹਰ ਹੋਵੇ। ਹੋਵੇ ਹੇ ਕਾਮਨ ਨਰਕ ਵਿਸ਼ਰਾਮਨ ਬਹੁ ਜੋਨੀ ਭਰਮਾਵਣੇ, ਹੇ ਕਾਮ ਤੂੰ ਬੰਦੇ ਨੂੰ ਨਰਕਾਂ ਦੇ ਬਲਦੀ ਹੋਈ ਅੱਗ ਵੀ ਸਜਣੇ। ਕਾਮੀ ਬੰਦਾ ਕਦੀ ਸੁੱਖ ਨਹੀਂ ਪਾਉਂਦਾ, ਹਜ਼ੂਰ ਕਹਿੰਦੇ ਨੇ ਕਈ ਜੂਨਾਂ ਵਿੱਚ ਭਟਕਦਾ ਰਹਿੰਦਾ। ਜਦੋਂ ਇਸ ਵਿਸ਼ੇ ਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਨੇ ਆ ਨਾ, ਤੇ ਜਿਹੜੇ ਲੋਕ ਅੱਜ ਕਹਿੰਦੇ ਨੇ ਗੁਰੂ ਕਲਗੀ ਵਾਲੇ ਨੇ ਮਰਿਆਦਾ ਕਿਉਂ ਬਣਾਈ, ਉਹਨਾਂ ਲੋਕਾਂ ਨੂੰ ਮੈਂ ਅੱਜ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ। ਮੇਰਾ ਗੁਰੂ ਤਿੰਨਾਂ ਕਾਲਾਂ ਦਾ ਗਿਆਤਾ, ਜੇ ਅੱਜ ਨਹੀਂ ਮੰਨੋਗੇ ਕੱਲ ਨਹੀਂ ਮੰਨੋਗੇ, ਇੱਕ ਦਿਨ ਲੋਕਾਂ ਨੂੰ ਮਜਬੂਰ ਹੋ ਕੇ ਜਦੋਂ ਕੋਈ ਵੀ ਚਾਰਾ ਨਾ ਲੱਭਿਆ, ਤੇ ਕਲਗੀ ਵਾਲੇ ਦੀ ਦਿੱਤੀ ਹੋਈ ਮਰਿਆਦਾ ਤੇ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਕਿਤੋਂ ਨਹੀਂ ਲੱਭਣਾ। ਮਨੁੱਖਤਾ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ। ਕਾਮ ਇਹੋ ਜਿਹਾ ਇੱਕ ਪ੍ਰਬਲ ਵਿਸ਼ਾ ਹੈ ਜਿਹਦੀਆਂ ਉਦਾਹਰਨਾਂ ਬੜੀਆਂ ਮਿੱਥ ਵਿੱਚ ਵੀ ਮਿਲਦੀਆਂ ਨੇ, ਇੰਦਰ ਬਾਰੇ, ਬ੍ਰਹਮਾ ਬਾਰੇ, ਵਿਸ਼ਨੂੰ ਬਾਰੇ, ਸ਼ਿਵਜੀ ਬਾਰੇ। ਕਾਮ ਉਹਨਾਂ ਨੂੰ ਵੀ ਪੀੜ ਕੇ ਰੱਖ ਗਿਆ, ਤੇ ਗੁਰੂ ਗ੍ਰੰਥ ਸਾਹਿਬ ਇੱਥੋਂ ਤੱਕ ਕਹਿਣ ਲੱਗੇ ਇੱਕ ਨਿਮਕ ਦੇ ਸਵਾਦ ਦੀ ਖਾਤਰ ਆਪਣੇ ਜੀਵਨ ਨੂੰ ਤਬਾਹ ਨਾ ਕਰ। ਕਹਿਣ ਲੱਗੇ ਦੇਖ ਏਕ ਨਿਮਕ ਕਾਮ ਸਵਾਦ ਕਾਰਨ ਕੋੜ ਦਿਵਸ ਦੁੱਖ ਪਾਵੇ, ਘਰੀ ਮੌਤ ਰੰਗ ਮਾਣੇ, ਫਿਰ ਬਹੁਰ ਬਹੁਰ ਪਛਤਾਵੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਥੋਂ ਤੱਕ ਕਾਮ ਕਈ ਤਰ੍ਹਾਂ ਦਾ। ਜੇ ਮੈਨੂੰ ਖਿਮਾ ਕਰਿਓ, ਵਿਸ਼ਾ ਇੱਕ ਇਹੋ ਜਿਹਾ ਜਿਹੜਾ ਸੁਣਾਉਣਾ ਵੀ ਚਾਹੀਦਾ, ਕਿਉਂਕਿ ਖਾਸ ਕਰਕੇ ਇਹਨਾਂ ਮੁਲਕਾਂ ਵਿੱਚ ਜਦੋਂ ਇਹ ਗੱਲ ਬਾਣੀ ਵਿੱਚੋਂ ਕਰਾਂਗੇ ਸਮਝ ਪਏਗੀ। ਕਾਮ ਕੇਵਲ ਸਪਰਸ਼ ਦਾ ਵਿਸ਼ਾ ਨਹੀਂ, ਯਾਦ ਰੱਖਿਓ ਕਈ ਲੋਕ ਅੱਖਾਂ ਨਾਲ ਆਪਣੇ ਕਾਮ ਦੀ ਪੂਰਤੀ ਕਰਦੇ ਨੇ, ਕਈ ਲੋਕ ਕੰਨਾਂ ਨਾਲ ਆਪਣੇ ਕਾਮ ਦੀ ਪੂਰਤੀ ਕਰਦੇ ਨੇ, ਕਈ ਲੋਕ ਜ਼ਬਾਨ ਨਾਲ ਕਾਮ ਦੀ ਪੂਰਤੀ ਕਰਦੇ ਨੇ, ਕਈ ਲੋਕ ਨਾਸਕਾਂ ਨਾਲ ਕਾਮ ਦੀ ਪੂਰਤੀ ਕਰਦੇ ਨੇ। ਕਾਮ ਨੂੰ ਭੋਗਣ ਦੇ ਕਈ ਤਰੀਕੇ ਨੇ। ਪਰਾਇਆ ਰੂਪ ਚੱਕਣਾ ਅੱਖਾਂ ਰਸ ਨਹੀਂ ਲੈ ਰਹੀਆਂ, ਗੰਦੇ ਗੀਤ ਸੁਣਨੇ, ਗੰਦੇ ਨਾਵਲ ਪੜ੍ਹਨੇ ਅੱਖਾਂ ਰਸ ਨਹੀਂ ਲੈਂਦੀਆਂ, ਕਿਉਂਕਿ ਉਹ ਕਾਮ ਦਾ ਰਸ ਲੈ ਰਹੀਆਂ ਨੇ। ਗੰਦੇ ਗੀਤ ਸੁਣਨੇ ਕੰਨ ਰਸ ਲੈਂਦੇ ਪਏ ਨੇ। ਜ਼ਬਾਨ ਨਾਲ ਗੰਦਾ ਬੋਲਣਾ, ਭੈੜੀ ਬਾਤ ਕਰਨੀ, ਇਹ ਜ਼ਬਾਨ ਕਾਮ ਦਾ ਰਸ ਲੈਂਦੀ ਏ। ਨਾਸਕਾਂ ਨਾਲ ਮਹਿਕ ਲੈ ਕੇ ਬੁਰੇ ਫਰਨੇ ਪੈਦਾ ਕਰਨੇ, ਨੱਕ ਕਾਮ ਦਾ ਰਸ ਲੈਂਦਾ ਪਿਆ। ਮੈਂ ਸੰਖੇਪ ਵਿੱਚ ਅਰਜ਼ ਕਰਾਂ, ਮੇਰੇ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਉਹ ਵਿਦਵਾਨ ਬ੍ਰਾਹਮਣ, ਜਦੋਂ ਕਿਸੇ ਘਰ ਪੁੱਤਰ ਜੰਮਦਾ ਤੂੰ ਕਹਿੰਦਾ ਇਹਦੇ ਘਰ ਅਸ਼ੁੱਧੀ ਏ, ਸੂਤਕ ਏ, ਜਦੋਂ ਕੋਈ ਮਰਦਾ ਤੂੰ ਕਹਿੰਦਾ ਪਾਤਕ ਏ। ਹਜ਼ੂਰ ਕਹਿਣ ਲੱਗੇ ਭਲਿਆ, ਜੰਮਣ ਤੇ ਮਰਨ ਨਾਲ ਸੂਤਕ ਪਾਤਕ ਨਹੀਂ, ਕਦੀ ਆਪਣੇ ਅੰਦਰ ਝਾਤੀ ਤੂੰ ਮਾਰ ਕੇ ਦੇਖ, ਜਦੋਂ ਅੱਖਾਂ ਨਾਲ ਪਰਾਏ ਰੂਪ ਨੂੰ ਤੱਕਣੇ ਤੇਰੀਆਂ ਅੱਖਾਂ ਨੂੰ ਸੂਤਕ ਲੱਗ ਜਾਂਦਾ, ਇਹੋ ਜਿਹਾ ਗੰਦ ਅੱਖਾਂ ਵਿੱਚ ਹੋਰ ਕੋਈ ਨਹੀਂ। ਤਾਂ ਕਿ ਦੇਖਣਾ ਮਾੜਾ ਨਹੀਂ, ਇੱਕ ਹੁੰਦੀ ਏ ਬ੍ਰਹਮ ਦ੍ਰਿਸ਼ਟੀ, ਇੱਕ ਹੁੰਦੀ ਏ ਚਰਮ ਦ੍ਰਿਸ਼ਟੀ। ਆਪਾਂ ਸਹਿ ਸੁਭਾਏ ਜਾਂਦੇ ਹਾਂ, ਕੋਈ ਸਾਹਮਣੇ ਨਜ਼ਰ ਆਉਂਦਾ ਉਹਨੂੰ ਦੇਖਦੇ ਹਾਂ, ਪਰ ਕਾਮ ਵਾਲੀ ਬਿਰਤੀ ਨਾਲ ਤੱਕੇਗਾ ਇਹ ਚਰਮ ਦ੍ਰਿਸ਼ਟੀ। ਸਾਹਿਬ ਕਹਿੰਦੇ ਨੇ ਅੱਖਾਂ ਨਾਲ ਪਰਾਇਆ ਰੂਪ ਤੱਕਣੇ, ਯਾਦ ਰੱਖ ਇਹ ਸੂਤਕੀ। ਕੰਨਾਂ ਨਾਲ ਤੂੰ ਚੁਗਲੀ ਨਿੰਦਿਆ ਸੁਣਨਾ, ਇਹ ਵੀ ਸੂਤਕੀ। ਮਨ ਅੰਦਰ ਜਿਹੜਾ ਲੋਭ ਲਈ ਬੈਠਾ, ਇਹ ਅੰਦਰ ਗੰਦਾ ਹੋ ਗਿਆ, ਤੇ ਜ਼ਬਾਨ ਨਾਲ ਜਦੋਂ ਤੂੰ ਝੂਠ ਬੋਲਣਾ, ਜ਼ਬਾਨ ਨੂੰ ਸੂਤਕ ਲੱਗ ਗਿਆ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ। ਇਹਦਾ ਮਤਲਬ ਗੰਦਗੀ ਇਹ ਤੱਕਣਾ, ਅੱਖੀ ਸੂਤਕ ਵੇਖਣਾ, ਕੀ ਪਰ ਤਿਰਿਆ ਹੈ ਪਰ ਤਨ ਰੂਪ, ਕੰਨੀ ਸੂਤਕ ਕੰਨ ਪਾਏ, ਲੈ ਅਤਬਾਰੀ ਖਾਏ, ਨਾਨਕ ਹੰਸਾ ਆਦਮੀ ਬਦੇ ਜਮ ਪੁਰਜਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੁੱਛਿਆ, ਦਾਤਾ ਜੀ ਮਨ ਕਿਉਂ ਨਹੀਂ ਟਿਕਦਾ? ਗੁਰੂ ਤੇਗ ਬਹਾਦਰ ਕਹਿਣ ਲੱਗੇ ਪਾਪੀ ਹੀ ਹੈ, ਮੈਂ ਕਾਮ ਵਸਾਏ ਅੰਦਰ ਕਿਵੇਂ ਟਿਕੇਗਾ, ਕਿਉਂਕਿ ਹਿਰਦੇ ਵਿੱਚ ਕਾਮ ਟਿਕਿਆ, ਤੇ ਜਿਹਦਾ ਹਿਰਦਾ ਕਾਮੀ ਬਣ ਜਾਏ ਉਹਦਾ ਅੰਦਰ ਕਦੀ ਨਾਮ ਵਿੱਚ ਟਿਕਦਾ ਨਹੀਂ। ਪਾਪੀ ਹੀ ਹੈ ਮੈਂ ਕਾਮ ਟਿਕਾਏ, ਚੰਚਲ ਮਨ ਜਾਂ ਤੇ ਗਹਿ ਨਾ ਜਾਏ, ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀ ਇਹ ਫਾਂਸ, ਕੋਈ ਨਹੀਂ ਇਹਦੇ ਤੋਂ ਬਚਿਆ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਕਮਾਲ ਕਰ ਦਿੱਤੀ ਮੇਰੇ ਹਜ਼ੂਰ ਨੇ। ਕਹਿਣ ਲੱਗੇ ਪਿਆਰਿਆ ਯਾਦ ਰੱਖ, ਜੇ ਤੂੰ ਗੰਦ ਕੋਈ ਭੋਗਦਾ, ਜਿੰਨੇ ਮਰਜ਼ੀ ਪਰਦੇ ਪਾਲੇ,
ਜਿੱਦਣ ਮੇਰੇ ਪ੍ਰੀਤਮ ਦੀ ਦਰਗਾਹ ਵਿਚ ਗਿਆ ਉਥੇ ਤੈਨੂੰ ਕਿਸੇ ਨੇ ਬਚਾਉਣਾ ਨਹੀਂ। ਬਾਣੀ ਵਿਚ ਬਚਨ ਆਉਂਦਾ ਲੈ ਪਾਈ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ ਤੱਕੇ ਨਾਰ ਪਰਾਈਆਂ ਲੁਕ ਅੰਦਰ ਛਾਣੀ ਸੰਗੀ ਸੰਨੀ ਦੇਨ ਬਿਖਮ ਥਾਏ ਮਿੱਠਾ ਮਦ ਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਇਲ ਫਰੇਸ਼ਤਾ ਤਿਲ ਪੀੜੇ ਕਹਾਣੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਦੇਹ ਕਿਵਾੜ ਅਨਕ ਪਰਦੇ ਮੈਂ ਪਰ ਦਾਰਾ ਸੰਗ ਫਾਕੇ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢਾਕੇ। ਕੋਈ ਹੈ ਤੇਰੇ ਤੇ ਪਰਦਾ ਪਾ ਕੇ ਤੈਨੂੰ ਬਚਾ ਸਕੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਾਮ ਦੇ ਸੰਬੰਧ ਵਿਚ ਬੜੇ ਬਚਨ ਕਹੇ ਪਰ ਨਾਲ ਇਹ ਵੀ ਕਿਹਾ ਦੇਖੀ ਗੁਰਸਿੱਖਾ ਤੂੰ ਬਚ ਸਕਣਾ ਮਹਾਰਾਜ ਜੀ ਕਿਵੇਂ? ਹੁਣ ਮੈਂ ਪਹਿਲਾਂ ਅਰਜ਼ ਕੀਤੀ ਕਾਮ ਕਿੰਨਾ ਕੁ ਬਲਵਾਨ ਏ ਪਰ ਜਦੋਂ ਗੁਰੂ ਕਿਰਪਾ ਕਰਦਾ ਅੰਦਰ ਟਿਕ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵਿਚ ਬਚਨ ਆਉਂਦਾ ਹੈ ਮਾਰੂ ਡੱਖਣੇ ਵਿਚ ਕਹਿਣ ਲੱਗੇ ਜੇ ਤੂੰ ਆਪਣੇ ਆਪ ਨੂੰ ਪਤੀ ਕਹਾਨਾ ਨਾ ਤੇ ਗੱਲ ਯਾਦ ਰੱਖੀ ਪਰ ਵੇਲ ਨੂੰ ਬੁਰੀ ਨਜ਼ਰ ਨਾਲ ਤੱਕੀ ਨਾ। ਮਾਰੂ ਡੱਖਣੇ ਵਿਚ ਬਚਨ ਆਉਂਦਾ ਕਿਆ ਗਲਾਇਓ ਭੂਸ਼ ਧਿਆਨ ਰੱਖਣਾ ਸ਼ਲੋਕ ਮਹੱਲਾ ਪੰਜਵਾਂ ਕਿਆ ਗਲਾਇਓ ਭੂਸ਼ ਭੂਸ਼ ਦਾ ਅਰਥ ਲੈ ਮੂਰਖ ਗਲਾਇਓ ਦਾ ਅਰਥ ਹੈ ਬੋਲਣਾ। ਕਹਿਣ ਲੱਗੇ ਮੂਰਖਾ ਤੂੰ ਕਿਵੇਂ ਬੋਲ ਕੇ ਕਹਿੰਦਾ ਕਿ ਮੈਂ ਗ੍ਰਿਸ਼ਤੀਆਂ ਮੇਰੀ ਘਰ ਵਾਲੀ ਏ ਪਰ ਵੇਲ ਨਾ ਜੋਏ ਕੰਤ ਤੂੰ ਅਸਲ ਵਿਚ ਕੰਤ ਤੈਨੂੰ ਉਦਨ ਮੰਨਾਂਗੇ ਜਿੱਦਨ ਆਪਣੇ ਗ੍ਰਿਸ਼ ਤੋਂ ਬਿਨਾਂ ਕਿਸੇ ਨੂੰ ਮੈਲੀ ਨਜ਼ਰ ਨਾਲ ਨਹੀਂ ਤੱਕੇਂਗੇ। ਕਿਆ ਗਲਾਇਓ ਭੂਸ਼ ਪਰ ਵੇਲ ਨਾ ਜੋਏ ਕੰਤ ਤੂੰ ਨਾਨਕ ਫੁੱਲਾ ਸੰਧੀ ਵਾੜ ਖਿੜਿਆ ਹੱਦ ਸੰਸਾਰ ਜਿਉ ਦੁਨੀਆਂ ਤਾਂ ਇੱਕ ਫੁੱਲਾਂ ਦੀ ਬਗੀਚੀ ਏ। ਇਹਦਾ ਮਤਲਬ ਇਹ ਵੇ ਫੁੱਲ ਰੱਬ ਨੇ ਆਪਣੀ ਕੁਦਰਤ ਦੇ ਸੁਹਾਪਣ ਲਈ ਬਣਾਏ ਪਰ ਤੈਨੂੰ ਕੋਈ ਹੱਕ ਨਹੀਂ ਕਿ ਤੂੰ ਕਿਸੇ ਫੁੱਲ ਨੂੰ ਤੋੜ ਕੇ ਉਹਦੇ ਤੇ ਆਪਣਾ ਹੱਕ ਜਮਾ ਲੈ। ਕੰਤ ਉਹ ਜਿਹਨੂੰ ਇੱਕ ਤੇ ਭਰੋਸਾ ਇੱਕ ਤੇ ਯਕੀਨ ਏ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਹੀ ਬਚਨ ਆਉਂਦੇ ਨੇ। ਹਜ਼ੂਰ ਨੇ ਬੇਅੰਤ ਪ੍ਰਮਾਣ ਦਿੱਤੇ ਕਹਿਣ ਲੱਗੇ ਜਿਹੜਾ ਬੰਦਾ ਪਰ ਸ਼ੇਜ ਤੇ ਜਾਂਦਾ ਕਾਮੀ ਉਹ ਤਾਂ ਮਾਨੋ ਇਸ ਤਰ੍ਹਾਂ ਜਿਵੇਂ ਜ਼ਹਿਰੀਲੇ ਸੱਪ ਕੋਲ ਗਿਆ ਹੈ ਜਿਵੇਂ ਜ਼ਹਿਰੀ ਸੱਪ ਡੰਗ ਮਾਰ ਕੇ ਬੰਦੇ ਨੂੰ ਤਬਾਹ ਕਰਦਾ ਪਰ ਤਨ ਕੋਲ ਜਾਣਾ ਇਸ ਤਰ੍ਹਾਂ ਜਿਵੇਂ ਮਾਨੋ ਜ਼ਹਿਰ ਦੇ ਪਿਆਲੇ ਭਰ ਭਰ ਕੇ ਪੀਣੇ। ਸਾਹਿਬ ਜੀ ਬਚਨ ਕਰਦੇ ਨੇ ਕਹਿਣ ਲੱਗੇ ਜੈਸਾ ਸੰਗ ਬਿਸ਼ੀਅਰ ਸੋ ਹੈ ਰੇ ਤੈਸੋ ਹੀ ਇਹ ਪਰ ਗ੍ਰਹਿ ਬਿਸ਼ੀਅਰ ਦਰ ਤੇ ਸੱਪ ਜਿਵੇਂ ਸੱਪ ਦਾ ਡੰਗ ਪੈਂਦਾ ਪਰ ਮੇਰੇ ਸਤਿਗੁਰੂ ਤੁਸੀਂ ਕਿੰਨੀ ਕੁ ਕਿਰਪਾ ਕੀਤੀ। ਹਜ਼ੂਰ ਆਨੰਦਪੁਰ ਦੀ ਧਰਤੀ ਤੇ ਬੈਠੇ ਨੇ ਧਿਆਨ ਰੱਖਣਾ ਗੁਰਮਤ ਲੋਕ ਅੱਜ ਮੰਨਣਗੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਕੋਈ ਇਲਾਜ ਨਹੀਂ ਦੁਨੀਆਂ ਤੇ। ਅੱਜ ਹਰ ਬੰਦੇ ਨੂੰ ਮੰਨਣਾ ਪਿਆ ਇਲਾਜ ਉਹੀ ਏ ਜਿਹੜਾ ਮੁੱਦਤਾ ਪਹਿਲਾਂ ਮੇਰੇ ਕਲਗੀ ਵਾਲੇ ਨੇ ਆਨੰਦਪੁਰ ਦੀ ਧਰਤੀ ਤੇ ਖਲੋ ਕੇ ਕਿਹਾ ਸੀ ਮੇਰੇ ਸਿੱਖੋ ਪਰ ਬੇਟੀ ਕੋ ਬੇਟੀ ਜਾਣੇ ਪਰ ਇਸਤਰੀ ਕੋ ਮਾਤ ਬਖਾਨੇ ਆਪਣੀ ਇਸਤਰੀ ਸੋਰਤ ਹੋਈ ਰਹਿਤ ਵਾਣ ਗੁਰ ਕਾ ਸਿੰਘ ਸੋਈ। ਮੇਰੇ ਗੁਰੂ ਨੇ ਜਿਹੜੇ ਬਚਨ ਕਹਿ ਸਨ ਸਿੱਖਾ ਕੋਈ ਭਿਆਨਕ ਰੋਗ ਲੱਗੇਗਾ ਉਦਨ ਸਿਰਫ ਇੱਕੋ ਇਲਾਜ ਏ ਪਰ ਤੇਰੇ ਆ ਰੂਪ ਨਾ ਪੇਖਾ ਨੇਤਰ ਤੈਨੂੰ ਮੰਨਣਾ ਪਏਗਾ। ਧੰਨ ਗੁਰੂ ਕਲਗੀ ਵਾਲੇ ਆਨੰਦਪੁਰ ਦੀ ਧਰਤੀ ਤੇ ਪਹੁੰਚੇ ਨੇ ਸਿੱਖ ਕੁਝ ਕੁ ਰੰਗੜਾਂ ਨੂੰ ਸੋਧ ਕੇ ਆਏ ਨੇ ਤੇ ਹੱਸਦੇ ਆਉਂਦੇ ਨੇ। ਕਵੀ ਸੰਤੋਖ ਸਿੰਘ ਕਹਿੰਦੇ ਨੇ ਪਿੱਛੇ ਇੱਕ ਡੋਲਾ ਹੈ ਕਹਾਰਾਂ ਨੇ ਡੋਲਾ ਚੁੱਕਿਆ ਕਲਗੀ ਵਾਲੇ ਨੂੰ ਆ ਕੇ ਮੱਥਾ ਟੇਕਿਆ ਕਹਿਣ ਲੱਗੇ ਦਾਤਾ ਜਿੱਤ ਕੇ ਆਏ ਆ ਸਤਿਗੁਰੂ ਨੇ ਆਸੀਸ ਦਿੱਤੀ ਪਿਆਰ ਕੀਤਾ ਤੇ ਜਦੋਂ ਸਾਹਮਣੇ ਡੋਲਾ ਤੱਕਿਆ ਕਹਿਣ ਲੱਗੇ ਇਹ ਕੀ ਤੇ ਇੱਕ ਬੋਲਿਆ ਕਹਿਣ ਲੱਗਾ ਦਾਤਾ ਸਾਨੂੰ ਖਿਮਾ ਕਰੀ ਅਸੀਂ ਕਿਹਾ ਕੁਝ ਨਹੀਂ ਇਹ ਦੁਸ਼ਮਣਾਂ ਦੀ ਧੀ ਏ ਦੁਸ਼ਮਣਾਂ ਦਾ ਡੋਲਾ ਤੁਰਕ ਲੋਕ ਹਿੰਦੂ ਬੀਬੀਆਂ ਦੀ ਬੇਪਤੀ ਕਰਦੇ ਨੇ ਸਾਨੂੰ ਗੁਰਬਾਣੀ ਕਿਉਂ ਰੋਕਦੀ ਏ ਕੀ ਅਸੀਂ ਬਦਲਾ ਨਹੀਂ ਲੈ ਸਕਦੇ। ਕਹਿਣ ਲੱਗੇ ਜਿਹੜਾ ਗੁਰੂ ਅਸੀਸ ਕਿਆ ਦਿੰਦਾ ਸੀ ਨੇਤਰ ਇੱਕੋ ਦਮ ਲਾਲ ਸੁਰਖ ਹੋ ਗਏ ਵੀਰਸ ਵਿਚ ਆ ਕੇ ਕਹਿਣ ਲੱਗੇ ਡੋਲੇ ਨੂੰ ਥੱਲੇ ਉਤਾਰੋ। ਬੱਚੀ ਬਾਹਰ ਨਿਕਲੀ ਤੀਰ ਨਾਲ ਪਿਆਰ ਦਿੱਤਾ ਇੱਕ ਸ਼ਬਦ ਸੀ ਧੀਏ ਇਹ ਤੇਰੇ ਬਾਪੂ ਦਾ ਘਰ ਏ ਮਨ ਵਿਚ ਬਿਲਕੁਲ ਭੈ ਨਾ ਲੈ ਕੇ ਆਈ ਤੇਰੀ ਇੱਥੇ ਇੱਜ਼ਤ ਬਿਲਕੁਲ ਮਹਫੂਜ਼ ਏ ਕੋਈ ਵੀ ਤੇਰੇ ਵੱਲ ਬੁਰੀ ਨਜ਼ਰ ਨਾਲ ਧੱਕੇਗਾ ਨਹੀਂ। ਜਦੋਂ ਧੀ ਸ਼ਬਦ ਵਰਤਿਆ ਉਹਦਾ ਅੰਦਰ ਵਹਿ ਤੁਰਿਆ ਸਿੱਖਾਂ ਨੇ ਪੁੱਛਿਆ ਦਾਤਾ ਇਹ ਕਿਉਂ ਹਜ਼ੂਰ ਨੇ ਬੜੇ ਰੋਹ ਵਿਚ ਕਿਹਾ ਕਹਿਣ ਲੱਗੇ ਸਿੱਖੋ ਤੁਸੀਂ ਪੁੱਛਦੇ ਹੋ ਤੁਰਕ ਕੁ ਕਰਮ ਕਰਦੇ ਨੇ ਅਸੀਂ ਕਿਉਂ ਨਾ ਕਰੀਏ। ਕਹਿਣ ਲੱਗੇ ਉਹ ਲੋਕ ਤਾਂ ਡਿੱਗ ਪਏ ਬਿਲਕੁਲ ਗੰਦਗੀ ਦੀ ਖੱਡ ਵਿਚ ਮੈਂ ਨਹੀਂ ਚਾਹੁੰਦਾ ਮੇਰਾ ਬੱਚਾ ਕੋਈ ਗੰਦ ਦੀ ਖੱਡ ਵਿਚ ਡਿੱਗੇ ਮੈਂ ਤੁਹਾਨੂੰ ਗੰਦ ਦੀ ਖੱਡ ਵਿਚੋਂ ਉੱਚੇ ਆਸਣ ਤੇ ਲਿਜਾਣਾ ਚਾਹੁੰਦਾ। ਸਤਿਗੁਰੂ ਨੇ ਉੱਥੇ ਜਿਹੜੇ ਬਚਨ ਕਹਿ ਸਿੱਖਾਂ ਦੇ ਸਾਹਮਣੇ ਤੇ ਪੜ੍ਹਨੇ ਆ ਨਾ ਜਦੋਂ ਹਜ਼ੂਰ ਦੀ ਦਸਮ ਦੀ ਬਾਣੀ ਸਿੱਖ ਕਹਿਣ ਲੱਗੇ ਮਹਾਰਾਜ ਇਹ ਕਿਵੇਂ ਹਜ਼ੂਰ ਨੇ ਕਿਹਾ ਕਹਿਣ ਲੱਗੇ ਜਨਮ ਮੇਰਾ ਪਟਨਾ ਸਾਹਿਬ ਹੋਇਆ ਅਸੀਂ ਪੜ੍ਹਨੇ ਆ
के साहब जी वचन कर देने तही प्रकाश हमारा भयो पटना शहर विखे पब लयो। कहन लगे मदर देश हमको ले आए भांत भांत दईयन दलुराए। कहन लगे मेरे पिता जी सानू मदर देश दर ते पंजाब दी धरती ते लेके आए। पंजाब दी धरती नाल किन्ना कु नेह सी सिख दा ते रहना भी ये चेते रखियो। गुरु तेग बहादुर जी ताके ने कई साल बाद पुत्र नू मिलदे ने ते कलगी वाला रोज पुछदा दादी मां कदों समा आवेगा अपनी पंजाब दी धरती ते मैं जाऊंगा। सतगुरु बाल उम्र विच ने लोक नवाबां अगे झुकदे ने ते कलगी वाला बाला प्रीतम झुकदा नहीं ते सिख शिकायत करदे ने। कुछ लोग शिकायत करदे ने महाराज तेरा पुत्र नवाब अगे झुकया नहीं। ते एक हुक्मनामा मैं पढ़िया गंडा सिंह होरां ने संपादित कीता गुरु तेग बहादुर जी नूं सुनेहा भेजिया तुहाडे पुत्र नवाबां अगे नहीं झुकदे। ते अगो सतगुरु ने कहा बिलकुल ठीक है अब्बल तां अहलकार आए उठना नहीं जे किते अहलकार आए ओनू सरांदी कदी नहीं बिठाना ओनू हमेशा पवांड वाले पासे बिठा के रखना। एदा मतलब गुरु नानक दा घर केवल एक राब दे राज नू प्रवान करदा है। खैर गुरु कलगी वाले कहिंदे ने मदर देश हमको ले आए भांत भांत दईयन दुलराए किन्नी अनक भांत तन रक्षा दिनी भांत भांत की शिक्षा। कहन लगे एक तां सानू शस्त्र विद्या सिखाई शस्त्र विद्या सिखा ने सिखाई। पंडित कृपा राम ने भी पढ़ाई संस्कृत मौलवी ने फारसी पढ़ाई अरबी पढ़ाई उस तो बाद पंजाबी दा ज्ञान भी हजूर ने हासिल किया। ध्यान दिया जी मैं अर्ज कर रहा साहब कहन लगे अनक भांत कीनी तन रक्षा दिनी भांत भांत की शिक्षा। एदा मतलब भांत भांत का कई तरह की विद्या दिती। एक तो इथो तक वेखो सिख किन्ना कुछ सियाणा सी बाबे बुढ़े ने असि पढ़िया भाई साहब हुणे सुनाया हर गल बाबे बुढ़े तो पुछी जांदी सी। मैं एक खिन विचो निकल लगा गुरु हरगोबिंद साहब नू एक साल दे विच 65 विद्या बाबे बुढ़े ने सिखा दित्तियां सन। इहदा मतलब पता नहीं केड़ियां केड़ियां विद्या होणगियां ते बाबा बुढ़ा किन्ना विद्वान होवेगा। कहन लगे किन्नी अनक भांत तन रक्षा इहदा मतलब तन नू बचाण लई बड़ी रख्या दे साधन भी दसे पुत्तर इस ढंग नाल तन नू जंग युद्ध विच बचाई जे किन्नी अनक भांत तन रक्षा। यह गल सिद्ध कर दी है गुरु तेग बहादुर अपनी हजूरी विच कलगी वाले नू शस्त्र विद्या दवांदे पए। अगला बचन क्या कहन लगे दीनी भांत भांत की शिक्षा भांत भांत की सिक्ख्या दिती। पंडित ने संस्कृत पढ़ाई किसी ने फारसी अरबी का बोध कराया गुरु समराथे किसी ने पंजाबी की गल की। पर कहन लगे एक दिन बापू ने 8 साल की उम्र जदों मेरी हुई सुध जब ते हम धरी बचन गुर दए हमारे मेनू पिता गुरु तेग बहादुर ने एकांत भी सद्या जिनी भांत भांत की शिक्षा विच गल कही। कहन लगे पुत्र मैं अज तेरे तो एक परण लेना चाहना ते तू मेरे नाल वादा करेगा। एदा मतलब मेरा सतगुरु किन्ना कु आचरण उच्चा चक रहा। कहन लगे सिखो केवल तुसी नहीं सुध जब ते हम धरी बचन गुर दए हमारे पूत प्राण ए तोए जब लग घट प्राण है सारे। जिन्नी देर तक तेरे प्राण ने मेरी एक गल समझ के रखी की परण लिया निज नारी के संग न्यो तुम नित बढ़ाइयो पर नारी की सेज भूल सुपने होना जाइयो। एहो जिहा परण कराया पुत्र पर स्त्री दी सेजा ते सुपने ते भुल के भी नहीं जाना। सामने आए सिखा ने डोला पकड़िया ते मेरा कलगी वाला कहिंदा जदों सिख कहिंदे ने पुन सिंघण बूझे गुण खानी कवि संतोख सिंह सूरज प्रकाश सकल तुरक भुगवै हिंदवानी सिख बदला बदला लै भला जनावै गुर शास्त्र क्यों वर्ज हटावै। उस वक्त कहन लगे सुन सतगुर बोले तसबेरे हम ले जानो पंथ उचेरे। कहन लगे नाही अदो गत बिखै पंचामू ताते कलमल करना चाहू मैं नहीं चाहता के किते तुसी गंदगी विच डिगो मैं तुहानू सब तो उच्चा ले जाना चाहना। जदो पढ़िया ना करम सिंह हस्टोरियन दियां कुछ किताबां उन्हें एक गल लिखी उन्हें जंगनामा जेड़ा ना काजी नूर मोहम्मद वाला उन्हें बिल्कुल फारसी अरबी का लिपि दे के दिता है। करम सिंह हस्टोरियन दे उस जंगनामा जेड़ा काजी नूर मोहम्मद का अबदाली दे सतवें हमले ओ नाल आया उन्हें किताब लिखी है दास्ताने सग। एदा मतलब कुत्तियां दी दास्तान ओ सिखां नू लिखदा है कुत्ते ने पर अखीर ते जदो लिखदा है ना ओदे शब्द ने मैनू अरबी ते मैं जानदा नहीं उन्हां दा पंजाबी विच उलथा है। कहन लगा जा ओए तू लिखारी ते है पर कलम नाल बेइंसाफी कीती आ
लिखना ते दास्तान ने सग, ओ सग नहीं, कुत्ते नहीं, ओ शेर नहीं, ओ लिखदा ए तुरकड़े ए पठान। जे तू जंग करन दी जा सिखनी है, तू इस्लाम दे नारे ते लड़ना है, जे धर्म दे नां ते लड़ना सिखनी ता कदी गुरु गोबिंद सिंह दे सिखां तो सिखी। पुछया किवें, कहन लगा भज्जे जांदे ते वार नहीं करदे, पग उतर जाए कहिंदे ने अपनी पग सिर ते बन, क्योंकि सिख पग लाण लई नहीं पग बनन लई पैदा होया। ध्यान रखी भावे अज सिख एक दूजे की लाई जाने गल वखरी है, पर इतिहास नहीं इजाजत देंदा। कहन लगे पग सिर ते बन फिर गल करी, फिर अगली गल ओ कहिंदा हद हो गई। कहन लगा जे दुश्मन की बहू बेटी आ जाए ओनू इको गल कहिंदे ने बुढ़िए पिछा हो जा, ते बुढ़ी इना विच ओनू कहा जांदा जेड़ी मां दादी होवे जिनू बड़ा अदब देना होवे। कहन लगा भजा जांदा दुश्मन ओदे ते वार नहीं। एक खूबी होरी, जे तू लड़न दी जा सिखनी है इना तो सिख, ना ए चोरी करदे नी ना जारी करदे नी, इथो तक के चोर बंदे नू अपना मित्र भी नहीं बनांदे। कहन लगा इना नू सग मत कह, इना नू शेर कह। मैनू प्रिंसीपल सतबीर सिंह होरां दी गल याद आई, आ 1972-73 भी जेड़ी लड़ाई हुई बंगलादेश दी, उन्होंने रचिया रहित पुस्तक विच एक जिक्र बड़ा सोहना कीता। तुहाडे इत्थे न्यूयॉर्क टाइम्स का एक नुमाइंदा ना, उस युद्ध विच सारा हाल उन्हें देखिया नामा निगार ने, ते ओ लिखदा है कि मैं जिथे सन बने मोर्चे उथे गया। बिल्कुल अखबार विच भी आया, न्यूयॉर्क टाइम्स दे अंदर एक गल आई, कहिंदा मैं की तकिया एक मुसलमान आया गड्डी कार विच आया, ओदे नाल एक नौजवान बच्ची है। कहन लगे कार विच उतरी, सामने सिख फौजी खलोता है, उतरदिया सार उन्हें गल विच हार पकड़िया, फुलां दा हार उस फौजी दे गले विच पा दिता। सतबीर सिंह गुरी लिखदे ने उस नामा निगार ने, उस प्रेस रिपोर्टर ने, पत्रकार ने पुछया, कहन लगा हद हो गई, ए सिख तू मुसलमान की कारण एदे गले विच हार पाई, ते इसने तेरे सिर ते प्यार दिता है। ते उन्हें रो के एक गल कही, कहन लगी जिन्हां नू अपने समय दे सां उन्होंने पत मिट्टी विच मिलाई, सानू ते पता ही होने लगा सिख पग क्यों बांधे ने, साडे नगेज नू इन्हां ने अपनियां पगां पाड़ पाड़ के ढकिया है, इहनू भरा ना कहां ते होर की कहां। इहदा मतलब इन्ना कु उच्चा आचरण। मेरा गुरु अज कहिंदा सिखा बचिए दे तू, क्योंकि हे कामंग नरक विश्रामंग, हे काम तू बंदे नू नरकां विच निवास दवा देने, बहु जोनी परमावणे जेड़ा तेरे विच खचत हो गया ओ कई जूना विच भटकदा है, ओनू टिका नहीं। चित हरण तू बंदे दे चित नू खो लैना, तू बंदे दे चित नू ठग लैना। त्रै लोक गम्यंग, हे काम तू तिन्ना लोकां तक अपनी मार करना, तेरे तो देवते भी नहीं बचे, तेरे तो बंदे भी नहीं बचे, तेरे तो पताल वाले भी नहीं बचे। त्रै लोक गम्यंग जप तप सील विदारण है, ऐस पंक्ति वाल ध्यान देना, मतलब जप तप सील, सील दर ते चंगा जीवन। हे काम तू इन्ना पापी है, तू जपियां तपियां दे भी जप तप खंडन करके रख दे, जप तप सील विदारण है। कहन लगे अल्प सुख थोड़े जे सुख की खातर, अवित चंचल अवित दर से जिदे विचों कोई लाभ नहीं, हानी हानी है चंचल काम, ऊंच नीच समावने, तू उच्ची जात वालिया नू भी नीवी जात वालिया नू भी खादा है। साहब कह लगे तव भय बिमुंचत साध संगम, ओट नानक नारायण है, जे सिखा तू ओदे तो बचना चाहने, काम दा भय दूर होने गुरु की संगत विचा के अरदासा कर मेरे दाता, काम क्रोध अर लोभ मोह बिनस जाए अहमेव, नानक प्रभ शरणागति कर प्रसाद। गुरुदेव कदी दावा न कर मेरा जीवन उच्चा, यही कह गल कह दाता, कामी क्रोधी चातुरी बाजी गर्बे काम, निंदा करते जन्म शरानो कबू न सिमरो राम। सिर्फ यही कह मेरे दाता, काम क्रोध लोभ झूठ निंदा इनते आप छडावो, ए पीतर ते इनको डारो आपन निकट बुलावो। इनिया को बेनतियां प्रवान करया जे जियो। वाहेगुरु जी का खालसा वाहेगुरु जी की फतेह।
सतनाम वाहे गुरु साहिब जीओ। हे कल मूल क्रोधं कदंच करुणा ना उपर्जते, दिख्यंत जीवं वश्यं क्रोत, नृत्यं करोत जथा मर्कटः, अनिक शासन ताड़ंत जमदूतः, तव संगे अधमं नरं, दीन दुख पंजन दयाल प्रभ, नानक सर्ब जी रख्या करोत। हे लोभा लंपट संग सिर मोर है, अनक लहरी का लोलते, तावंत जिया बहु प्रकारं, अनक पांत बहु डोलते, नच मित्रं नच इष्टं नच बांदर नच मात पिता, तब लज्या आकरणं करोत, आखाद्य खाद्यं आसाज्यं साज समझ्य, त्राहे त्राहे शरण स्वामी, विज्ञापित नानक हर नर हर, आकरणं करोत आखाद्य खाद्यं आसाज्य साज समझ्या, त्राहे त्राहे शरण स्वामी, विज्ञापित नानक हर नर हर। वाहिगुरु जी का खालसा, वाहिगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हाजूरी अंदर सुबाई मान होए बैठे गुरमुख प्यारे सतसंगी जनों, हाजूर दी पावन पवित्र इलाही गुरबाणी दा आप जी ने रस पिन्ना कीर्तन सरवण कीता है। पंचम पातशाह सतगुरु गुरु अर्जन देव जी महाराज जिन्हां दी इलाही बाणी सलोक सहस्कृति दी विचार गुरु कृपा नाल आपां करदे आ रहे हां, कल धन गुरु ग्रंथ साहिब जी दी कृपा नाल
सतगुरु ने पंजां विकारां दे संबंध विच सब तो पहला मोह दे बारे कृपा करके चानना पाया कि मोह दियां तंदा इतनियां को सख्त ने, मोह तो ना ता कोई पशु बचे है, ना कोई पंछी बचे है, मनुख नूं भी मोह ने अपने अधीन कर लिया। उस तो अगे सतगुरु ने कल काम दे संबंध विच दस्या कि नरकां दे विच पहुंचाण वाला है, कई जूना पटकाण वाला है, वड्डे वड्डे मनुखां दे चित नूं इस काम ने ठग लिया। ते अज जो बचन आप जी ने सरवण कीते ने, मेरे गुरु पंचम पिता जी ने पहला गल कीती क्रोध दी, ते क्रोध तो बाद अज मेरे हजूर ने गल कीती लोभ दी। साहब कहिंदे हे क्रोध, तू कला दा मूल है, गुस्से विच क्रोध विचो हर एक झगड़े दा जन्म हुंदा है। ते गुरु अर्जन साहब कहिंदे जदों किसे बंदे नू तू अपने अधीन कर लैना क्रोध, उस दे जीवन अंदर तू जहर घोल के रख देना, ओदा खून उबाले खान लग पैंदा है, ते मानो ओ इस तरह चंचल होके तड़पन लग पैंदा है जिवें एक मरकट एक बांदर नचदा होवे, इसे तरह बंदे दा अंदर जिहड़ा ओ तड़पना शुरू हो जांदा है। महाराज कहन लगे क्रोध अंदर दे खून नू सारद है। अगे बचन कीता हे लोग, जिस दे उपर तू अपने आप नू जिस दे उपर हमला कर देवे, हे लालच तेरियां लहरां विच वड्डे वड्डे श्रोमणी बंदे भी डुबदे देखे ने, जिस बंदे दे उपर तू असवार हो जाए ओ ना परवाह करदा जम्मण वाली मां दी, लालची बंदा ना परवाह करदा अपने पिता दी, इथो तक के अपने प्यारे मित्र सके भैन भरावां नूं भी लालची बंदा धोखा देन तो कदी गुरेज नहीं करदा। साहब कहिंदे ने खे लालच, तू बंदे तो ओ काम करा देना जेड़ा कदी ए करना चाहंदा नहीं, तू ओ कुछ इनू खाण ते मजबूर कर देना जेड़ा खाना चंगा लगदा नहीं। सतगुरु ने क्रोध ते लोभ दी अद दे शलोकां विच कृपा कीती कि ए मनुख नूं किवें दुख देंदे। स्याणे विद्वान सज्जना ने एक गल ए सिद्ध कीती कि क्रोध दा जन्म द्वैष दे विचों हुंदा है। ध्यान रखना, जिथे द्वैष है जिथे दूसरा है उथे क्रोध पैदा हुंदा है। ध्यान रखना, जदों दूजा सामने कोई आउंदा है ओनू तक के भावे ओ दौलत करके अगे होवे, किते ओ विद्या करके अगे होवे, जां किते दुनिया दे गुणा करके अगे होवे, जां किते इथों तक के परमेश्वर दी भगती कृपा करके अगे होवे, उसनू देख के मन दे अंदर जदों द्वैष पैदा हो गई ईरखा पैदा हो गई, उस ईरखा ने फिर अंदर क्रोध नू जन्म दे दिता है। जदों दूसरे नू तकिया गुणा करके विद्या करके दौलत करके अगे वे, उस वक्त फिर हजूर कहिंदे ने अंदर ईरखा दा जन्म हुंदा है। पहला ईरखा दा भांबड़ मिठी मिठी अग ए मठी मठी अग अंदर बलदी है, फिर इको दम ए क्रोध दा भांबड़ बन के मनुख दे अंदरों बाहर निकलदी है। ते साहिब कहिंदे ने क्रोध विच आया होया बंदा जेड़ा है अत दा कमजोर हुंदा है। जे शरीरक तौर ते देखिए क्रोध अंदर दे खून नूं साड़दा है, क्रोध अंदर दे गुणा नूं साड़दा है, क्रोध इथों तक विद्वान सज्जन लिखदे ने जे किते मां बच्चे नूं दुध पिलांदी होवे, क्रोध विच गुस्से विच आई कोई मां गुस्से विच बच्चे नूं दुध पिलादा है, उस बच्चे नूं कदी दुध नहीं पा सकदा जिस मां ने गुस्से विच आ के बच्चे नूं दुध पिलाया, क्योंकि क्रोध ने माता दे दुध उपर भी असर कीता है। ते जदों फिर अंदर क्रोध आउंदा है ते हजूर कहिंदे ने तीन तरीकियां नाल बंदा फिर वार करदा है, गुस्से विच आया मन करके, बचना करके ते कर्मा करके, तीन तरीके ने वार करन दे। जदों मन विच क्रोध आउंदा है साहिब कहिंदे ने फिर देख, पहला तरीका है मन करके। कई बारी बंदा ना उत्तों हस के बोलदा है, वैरी नूं भी हस के बुलांदा है। ध्यान रखना, ए भी साडे इक अंदर दा कपटी हुंदा है, अंदरों तां द्वैष है, अंदरों ईरखा नाल भरे आ, ते केवल लोक लाज लई कि इहनूं महसूस ना होवे कि मैं इहदे नाल अंदरों ईरखा करना वा, जदों भी मिलांगे हस के मिलांगे
प्यार नाल उत्तों मिलांगे। पर हजूर कहिंदे ने मन विच गुस्सा इन्ना हुंदा है, उत्तों हासा है, अंदर अग भरी है, अंदर यही कहेगा या रब्बा इहदा किसे तरीके दे नाल तू नुकसान कर दे, कदी तां समा आवे इहदा बुरा होवे। साहिब कहिंदे ने इह मन करके करो दे, जबान तो तू मिठा बोलना पर अंदर तां वह रख के बैठा, यह भी एक क्रोध का लक्षण है, बोलना पर अंदर नूं तां साड़ रहा है ना। हजूर कहिंदे ने दूजा तरीका है बचना करके, जदों मनुख मन तो अगे निकलदा गुस्सा फिर जबान ते आउंदा है, जबान ते जदों गुस्सा आ जाए उदों फिर फिक्के बोल निकलदे, उदों जबान विचों गाल निकलेगी, उदों जबान विचों मंदे बोल निकलणगे। ते हजूर कहिंदे ने प्यारिया ए जबान दे बोल नहीं जेड़े कई जन्मां तो रब तो तेनू विछोड़ी बैठे ने, इसे जबान नाल तू सिमरन करें, जे वाहगुरु नूं पुकारें ते जबान वाहगुरु दे नेड़े लैके आउंदी है, ते जे इसे जबान नाल मंदा बोलेगा ते रब तो भी ते मनुखता तो भी तेनू कोहां दूर लै जाए। सतगुरु कहिंदे ने जदों फिर जबान ते गुस्सा आउंदा फिर बुरे बोल बोलदा। ते इथों तक प्यारियो कदी तजर्बा करके तकने आपां, हर एक नाल वापरदा, जबान नाल मंदा बोलना बंदे नूं पछतावे तो बिना कुछ नहीं जे पल्ले छड़ के जांदा, भैड़ा बोल तां लैंदा, क्रोध विच आया गुस्से विच बोल तां देंदा, पर जदों फिर शांत हुंदा ते उदों जिन्नू मंदा बोलदा उहदे सामने कदी अखां चोके नहीं जा सकदा, क्योंकि इन्नी कु लज्जा अंदर रसना ने पैदा कर दित्ती, जबान नाल बुरे बोल बोल के उहदे तों टुट गए। सतगुरु ने बाणी विच भी बचन कहे ने, कहन लगे जदों प्रीत टुटदी है बुरे बोलां दे नाल, तन मन फिक्का हुंदा है बुरे बोलां दे नाल। साहिब तां ही कहिंदे ने बाबा बोलिया पत होए, उत्तम शेदर उत्तम कहीं है, नीच कर्म बहर होए। साहिब कहिंदे ने जित बोलिया पत पाई है, सो बोलिया परवान, फिक्का बोल विगुचना सुन मूर्ख मन आजान। गुरु ग्रंथ साहिब कहिंदे ने बहुता बोलन झखण होए, बिन बोलै जाने सब सोए, नानक फिक्का बोलिया तन मन फिक्का होए। एदा मतलब जबान नाल गुस्से विच आके मंदे बोल बोले ओ तन उत्ते ते मन उत्ते भी असर कर दे। साहिब कहिंदे ने पहला क्रोध मन विच वैर भाव रखना, फिर क्रोध जबान ते आया मंदे बोल बोले, ते जबान तो बाद फिर क्रोध कर्म दा रूप भी धारण कर लैंदा। कर्म दा मतलब गुस्से विच आया किसे नूं सट मारनी, गुस्से विच आया किसे दे शरीर नूं नुकसान देना, ते सतगुरु ने इथों तक गुस्से नूं चंडाल दे नाल तुलना दित्ती। महाराज कहिंदे ने फिर देख गुस्सा तन नूं इवें बर्बाद करके रख दिंदा जिवें सोने नूं सुहागा ढाल दिंदा। प्यारिया याद रखी जिस शरीर दे अंदर क्रोध टुक गया ਉਹ ਕ੍ਰੋਧ ਤੁਹਾਨੂੰ ਇਸ ਤਰ੍ਹਾਂ ਖਤਮ ਕਰਕੇ ਰੱਖ ਦੇਗਾ ਜਿਵੇਂ ਸੁਹਾਗੇ ਨੇ ਸੋਨੇ ਨੂੰ ਟਾਲ ਦਿੱਤਾ। ਹਜ਼ੂਰ ਦੀ ਬਾਣੀ ਵਿਚ ਬਚਨ ਆਇਆ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਾਲੈ। ਤੇ ਧਿਆਨ ਰੱਖਣਾ ਜਦੋਂ ਕ੍ਰੋਧ ਦੀ ਸ਼ਕਤੀ ਨੂੰ ਕੋਈ ਆਪਣੇ ਵਸ ਵਿਚ ਕਰ ਲੈਂਦਾ ਉਦੋਂ ਇਹ ਵੀਰ ਰਸ ਦਾ ਰੂਪ ਧਾਰਨ ਕਰ ਜਾਂਦੀ। ਵਿਦਵਾਨ ਸੱਜਣ ਕਹਿੰਦੇ ਨੇ ਕ੍ਰੋਧ ਇਕ ਸ਼ਕਤੀ ਏ, ਜਦੋਂ ਤਾਂ ਕਿਸੇ ਇਕ ਕ੍ਰੋਧੀ ਦੇ ਹੱਥ ਵਿਚ ਹੋਵੇਗੀ ਤਲਵਾਰ ਉਹ ਮਜ਼ਲੂਮ ਤੇ ਜ਼ੁਲਮ ਕਰੇਗਾ, ਤੇ ਜਦੋਂ ਇਸੇ ਕ੍ਰੋਧ ਦੀ ਸ਼ਕਤੀ ਦੇ ਨਾਲ ਜਪ ਤਪ ਬੰਦਗੀ ਸਿਮਰਨ ਆ ਜਾਏਗਾ ਇਹੀ ਵੀਰ ਰਸ ਦਾ ਰੂਪ ਧਾਰਨ ਕਰੇਗਾ, ਫਿਰ ਤਾਂ ਇਹੋ ਜਿਹਾ ਮਨ ਬਣ ਜਾਏਗਾ ਕ੍ਰੋਧੀ ਦੇ ਹੱਥ ਵਿਚ ਆਇਆ ਹੋਇਆ ਚਾਕੂ ਇਸ ਤਰ੍ਹਾਂ ਕਿ ਜਿਵੇਂ ਮਾਨੋ ਇਕ ਡਾਕੂ ਕਿਸੇ ਦੇ ਅੰਦਰ ਨੂੰ ਚੀਰਦਾ, ਤੇ ਵੀਰ ਰਸ ਦੇ ਹੱਥ ਵਿਚ ਆਇਆ ਹੋਇਆ ਸ਼ਸਤਰ ਇਸ ਤਰ੍ਹਾਂ ਜਿਵੇਂ ਮਾਨੋ ਸ਼ਰੀਰ ਦੇ ਗੰਦੇ ਜ਼ਖਮ ਨੂੰ ਚੀਰ ਕੇ ਸਾਫ ਕਰਦਾ ਹੋਵੇ। ਸਤਿਗੁਰੂ ਨੇ ਬਾਣੀ ਵਿਚ ਕਿਹਾ ਕਹਿਣ ਲੱਗੇ ਕ੍ਰੋਧ ਇਕ ਚੰਡਾਲ ਦੀ ਤਰ੍ਹਾਂ ਹੀ ਜਿਵੇਂ ਚੰਡਾਲ ਨਿਰਦਈ ਏ। ਹਜ਼ੂਰ ਨੇ ਬਾਣੀ ਵਿਚ ਕਿਹਾ ਕਹਿਣ ਲੱਗੇ ਉਹਨਾਂ ਪਾਸ ਦਵਾਸ ਨਾ ਪਿੱਟਿਆ ਜਿਨ ਅੰਤਰ ਕ੍ਰੋਧ ਚੰਡਾਲ, ਜਿਨ੍ਹਾਂ ਦੇ ਅੰਦਰ ਚੰਡਾਲ ਕ੍ਰੋਧ ਬੈਠਾ ਉਹਦੇ ਨੇੜੇ ਬਿਲਕੁਲ ਨਾ ਜਾਏ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਕਰਕੇ ਅੰਮ੍ਰਿਤਮਈ ਬਾਣੀ ਵਿਚ ਇਕ ਬਚਨ ਕੀਤਾ ਤੇ ਜਦੋਂ ਹਜ਼ੂਰ ਬਨਾਰਸ ਦੀ ਧਰਤੀ ਤੇ ਗਏ ਇੱਥੇ ਇਕ ਵੈਸ਼ਨਵ ਸਾਧ ਬੈਠਾ ਸੀ, ਇਹਨੇ ਲੱਕੜਾਂ ਵੀ ਧੋਤੀਆਂ, ਇਹਨੇ ਚੁੱਲਾ ਜ਼ਮੀਨ ਵਿਚ ਪੱਟਿਆ, ਚਾਰ ਚੁਫੇਰੇ ਲਕੀਰਾਂ ਖਿੱਚੀਆਂ ਤੇ ਭਾਈ ਮਰਦਾਨੇ ਨੂੰ ਅੱਗ ਲੈਣ ਭੇਜਿਆ ਤੇ ਕਹਿਣ ਲੱਗੇ ਜਦੋਂ ਮਰਦਾਨੇ ਦੇ ਪੈਰ ਇਹਦੇ ਚੌਂਕੇ ਵਿਚ ਪਏ ਇਕੋ ਦਮ ਬਲਦਾ ਹੋਇਆ ਭਾਂਬੜ ਬਲਦਾ ਹੋਇਆ ਚੋ ਲੈ ਕੇ ਮਰਦਾਨਾ ਜੀ ਦੇ ਪਿੱਛੇ ਭੱਜਿਆ।
संखेप विच मैं अर्ज करा अगे भाई मरदाना पिछे ए क्रोधी साध ते भाई मरदाना जदों गुरु नानक साहब कोल पहुंचिया महाराज तुसी कहिंदे सो साध ए इहदे कोलो अग लैके आओ देखो ए तां चौंके विच भी अग बाल के बैठा है इहदे अंदर भी अग पई बलदी ए केवल अंदर नहीं खे मेरे दाता एदे अंदर दी अग ने इनू एहो जिहा रूप दे दिता ए तां अग नाल सड़िया होया मेनू भी सारना चाहुंदा हजूर दे कोल आया ते धन गुरु नानक साहब ने क्या कहन लगे भलिया आ रबाबी गुरु का कीर्तनिया इनू अग नाल सड़न लगा कहन लगा ए शूदर ए शूदर दे किते पैर मेरे चौंके विच पै जान तां मेरा चौंका पिट जांदा है ध्यान दिया जे प्यारियो एकाग्रता बख्शिया जे पर गुरु नानक साहब कहन लगे सजना देख ए जड़ा क्रोध है तेरे अंदर बैठा तू कहना चौंका पिट जांदा है चौंका किदे किदे नाल पिटदा है कहन लगा जे मराशी दे चरण पैर पै जान जे किते कसाई दे पैर पै जान सतगुरु जे किते चंडाल दे पैर पै जान ते गुरु नानक साहब कहन लगे बाहर दे चौंके नूं तां बचा लिया चंडाल तों कसाई तों तू चूड़े तों पर अंदर दे चौंके वल झाती मार के देख जदो लोकां दी पराई निंदिया करना उदो अंदर चूड़ा बैठा हुंदा है ध्यान रखी जदो तू निर्दयी बन गया है उदो तेरे अंदर भलिया मानो कसाई आ गया है जदो तू किसे ते जुल्म करना है हिंसा विच आया है उदो तेरे अंदर चंडाल आ गया है तू बाहर दे चौंके नूं तां बचाना चाहना है अंदर दा चौंका तां तेरे क्रोध चंडाल ने पिटिया होया है साहब ने बाणी विच क्या कहन लगे कबुद्ध डूमणी कुदया कसाइण पर निंदा घट चूड़ी मुठी क्रोध चंडाल कारी कड्डी क्या थी है जा चारे बैठिया नाल खैर मैं अर्ज करा कई बार असी सवाल करने भाई बाणी पढ़ने वाले नूं भी गुस्सा आ जांदा है भाई गुरदास उत्ते सवाल किया इस गुरसिख ने कहन लगे भाई साहब तुसी गुरसिखी दी गुरमत दी व्याख्या दे महान व्याख्याकार विद्वान हो पर एक सवाल का उत्तर दोगे साकत बंदे नूं तां गुस्सा हुंदा है पर कई बार बाणी पढ़ने वाला भी गुस्से विच आया दिसदा है तुसी कहिंदे हो क्रोध आउणा नहीं चाहीदा ते भाई गुरदास होरां ने ना दलीलां दित्तियां तिन क ते बंदे दे अंदर दा शंका निवृत कर दिता कहन लगे क्रोध एक शक्ति है कई बार जपण वाले उत्ते भी अपना प्रभाव पांदी है पर याद रखी साकत दा गुस्सा ते गुरमुख नूं आया होया क्रोध एदे विच जमीन असमान दा अंतर भाई साहब गुस्सा तां इको जिहा है गुरमुख नूं की ते साकत नूं की दोनां विच अंतर की है भाई गुरदास ने उदाहरण दित्ती कहन लगे कि सोने दा बर्तन है ते सोने दा बर्तन डिग पिया जां किते सत वजी बर्तन सोने दा बिल्कुल टेढ़ा हो गया कहन लगे सोने दे बर्तन विच टेढ़ापन आ गया है हां एक तरीका है सोने दा बर्तन टेढ़ा होया है ओनू सुनार को ले जाओ ओ सोने दे टेढ़े बर्तन नू वाकई बिल्कुल ठीक कर देगा पर याद रखी मिट्टी दा भांडा टुट जाए ओ परत के बनदा नहीं हूं मिट्टी दा बर्तन टुट गया ते खेड खत्म भाई गुरदास कह लगे गुरमुख दा क्रोध इस तरह जिवें सोने दा भांडा टेढ़ा हो जाए गुरु कृपा करके शब्द दी चोट मारदा परत के अंदर नू सिद्धियां कर दिंदा है साकत दा वैर गुस्सा एहो जेही मिट्टी दी भांडे दी तरह ओ टुट तां जांदा है पर परत के बिल्कुल ठीक कदी हुंदा नहीं भाई साहब ने दूसरी उदाहरण दित्ती कहन लगे हुण एक मैले कपड़े काले हो गए मैल नाल साबण लेगा मैले कपड़े तां साबण नाल धुप के स्वच्छ हो सकदे ने पर जेड़े कपड़े दा रंग ही काला है सारी जिंदगी भावे ओनू साबण नाल मल मल के धोंदा रही मैले तां परत के निर्मल हो सकदे ने जिदा रंग काला होवे ओनू कदी कोई चिट्टिया कर नहीं सकदा गुरमुख दा गुस्सा इस तरह जिवें कपड़े ते मैल लग गई संसार विच विचरदा है पर जदो गुरु की बाणी पढ़दा है मेरा सतगुरु नाम ते बाणी दे साबण नाल आए हुए गुस्से दी मैल नू धो के रख दिंदा है पर याद रखी सजना साकत दा अंदर इस तरह जिवें काला कंबल पाठ तां काला कंबल जाएगा पर परत के ने कदी चिट्टिया होना नहीं काला कपड़ा पाठ जांदा पर चिट्टा नहीं भाई साहब ने तीसरी उदाहरण दित्ती कहन लगे जदो वांस नूं कट के लियाया जांदा जंगल विचों ते वांस दी लकड़ टेढ़ी ते वांस नूं सिद्धियां कर ली डांग नूं सिद्धियां कर लैना
ਕਾਰੀਗਰ ਕੀ ਕਰਦੇ ਨੇ, ਅੱਗ ਨੂੰ ਬਾਲਦੇ ਨੇ ਤੇ ਅੱਗ ਉੱਤੇ ਵਾਂਸ ਨੂੰ ਸੇਕ ਲਾ ਲਾ ਕੇ ਐਸਤਾ ਐਸਤਾ ਟੇਢੀ ਲੱਕੜ ਨੂੰ ਬਿਲਕੁਲ ਸਿੱਧਿਆਂ ਕਰ ਦਿੰਦੇ। ਸ੍ਰੀਮਾਨ ਭਾਈ ਗੁਰਦਾਸ ਕਹਿਣ ਲੱਗੇ, ਜਿਹੜਾ ਵਾਂਸ ਟੇਢਾ ਉਹ ਤਾਂ ਅੱਗ ਦੇ ਸੇਕ ਨਾਲ ਸਿੱਧਾ ਹੋ ਸਕਦਾ, ਪਰ ਕੁੱਤੇ ਦੀ ਪੂੰਛ ਟੇਢੀ ਏ, ਉਹ ਸੜ ਕੇ ਕੋਲੇ ਤਾਂ ਹੋ ਜਾਏਗੀ ਪਰ ਯਾਦ ਰੱਖੀ ਉਹਨੂੰ ਕਦੀ ਸਿੱਧਿਆਂ ਨਹੀਂ ਉਹ ਕੋਈ ਕਰ ਸਕਦਾ। ਗੁਰਮੁਖ ਦੇ ਅੰਦਰ ਕ੍ਰੋਧ ਇਸ ਤਰ੍ਹਾਂ ਜਿਵੇਂ ਵਾਂਸ ਦਾ ਟੇਢਾ ਪਾਣੀ ਤੇ ਸਾਕਤ ਦਾ ਅੰਦਰ ਇਸ ਤਰ੍ਹਾਂ ਜਿਵੇਂ ਕੂਕਰ ਦੀ ਪੂੰਛ ਟੇਢੀ ਏ, ਇਸੇ ਤਰ੍ਹਾਂ ਗੁਰਮੁਖ ਦਾ ਅੰਦਰ ਮੋਮ ਤੇ ਪਾਣੀ ਦੀ ਤਰ੍ਹਾਂ ਹੀ, ਸਾਕਤ ਦਾ ਅੰਦਰ ਲਾਖ ਤੇ ਪੱਥਰ ਦੀ ਤਰ੍ਹਾਂ, ਦੋਨਾਂ ਦੇ ਅੰਦਰ ਵਿਚ ਅੰਤਰ ਬੜਾ। ਭਾਈ ਸਾਹਿਬ ਦੇ ਬਚਨ ਨੇ ਕਹਿਣ ਲੱਗੇ, ਜੈਸੇ ਕੰਚਨ ਕਲਸ ਬਾਂਕੋ ਭਇਓ ਸੂਧੋ ਹੋਏ, ਮਾਟੀ ਕੋ ਕਲਸ ਜੋ ਟੁੱਟੈ ਜੁੜੈ ਨਾ ਜਤਨ ਸਹਿ। ਕਹਿਣ ਲੱਗੇ, ਬਸਨ ਮਲੀਨ ਧੋਏ ਨਿਰਮਲ ਹੋਤ ਜੈਸੇ, ਉਜਰੀ ਨਾ ਹੋਤ ਕਾਰੀ ਕਾਂਬਰੀ ਪਤਨ ਸਹਿ। ਕਹਿਣ ਲੱਗੇ, ਜੈਸੀ ਲਕਤੀ ਅਗਨ ਸੇਕਤੀ ਸੂਧੀ ਹੋਏ, ਸਵਾਨ ਪੂਛ ਪਟੰਤਰੋ ਪ੍ਰਗਟ ਮਨ ਤਨ ਸੇ। ਕਹਿਣ ਲੱਗੇ, ਤੈਸੇ ਗੁਰਸਿੱਖ ਸੁਭਾਵ ਜਲ ਮੈਨ ਮੈਨ ਗਤ, ਸਿੱਖ ਦਾ ਸੁਭਾਵ ਪਾਣੀ ਤੇ ਮੋਮ ਦੀ ਤਰ੍ਹਾਂ, ਕਿਉਂਕਿ ਪਾਣੀ ਤੇ ਲਕੀਰ ਖਿੱਚੋ ਪਰਤ ਕੇ ਮਿਲ ਜਾਂਦੀ ਏ, ਮੋਮ ਢਲ ਜਾਂਦੀ ਏ। ਸਾਕਤ ਸੁਭਾਵ ਲਾਖ ਪਾਹਨ ਗਤਨ ਸਹਿ, ਸਾਕਤ ਦਾ ਸੁਭਾਵ ਤਾਂ ਪਿਆਰਿਆ ਪੱਥਰ ਦੀ ਤਰ੍ਹਾਂ ਹੀ, ਉਹਨੇ ਕਦੀ ਪਿਘਲਣਾ ਨਹੀਂ। ਸਤਿਗੁਰੂ ਅੱਜ ਪਹਿਲੇ ਬਚਨ ਵਿਚ ਕਹਿ ਰਹੇ ਨੇ, ਖੇ ਕਲ ਮੂਲ ਕ੍ਰੋਧੰਗ, ਖੇ ਦਾ ਅਰਥ ਐ ਕਲ, ਦਾ ਅਰਥ ਕਲਾ ਕਲੇਸ਼ ਝਗੜਾ, ਕਲ ਮੂਲੰਗ ਮੂਲ ਦਾ ਅਰਥ ਹੁੰਦਾ ਜੜ, ਖੇ ਕਲਾ ਦੀ ਜੜ ਕੀ ਏ ਝਗੜੇ ਦੀ ਜੜ, ਕ੍ਰੋਧੰਗ ਖੇ ਗੁੱਸੇ ਤੂੰ ਝਗੜੇ ਦੀ ਜੜ ਏ। ਮਹਾਰਾਜ ਕਹਿਣ ਲੱਗੇ, ਕਦੰਚ ਕਦੰਚ ਦਾ ਅਰਥ ਕਦੀ ਵੀ, ਕਰੁਣਾ ਨਾ ਉਪਰਜਤੇ ਕਦੀ ਵੀ, ਇਹ ਗੁੱਸੇ ਤੇਰੇ ਅੰਦਰ ਦਇਆ ਨਹੀਂ ਪੈਦਾ ਹੋਈ। ਖੇ ਝਗੜੇ ਦੇ ਕਲੇਸ਼ ਦੇ ਮੂਲ ਕਾਰਨ ਜਿਹਦੇ ਅੰਦਰ ਤੂੰ ਪੈਦਾ ਹੋ ਜਾਏ ਉਹਦੇ ਮਨ ਵਿਚ ਕਦੀ ਤਰਸ ਨਹੀਂ ਆਉਂਦਾ। ਹੇ ਕਲ ਮੂਲ ਕ੍ਰੋਧੰ, ਕਹਿਣ ਲੱਗੇ ਕਦੰਚ ਕਰੁਣਾ ਨਾ ਉਪਰਜਤੇ, ਵਿਖਿਅੰਤ ਜੀਵੰ, ਵਿਖਿਅੰਤ ਦਾ ਅਰਥ ਏ ਜੀਵਾਂ ਨੂੰ ਤੂੰ ਆਪਣੇ ਵਸ ਵਿਚ ਕਰਕੇ ਉਹਨਾਂ ਉੱਤੇ ਆਪਣਾ ਜ਼ਹਿਰ ਤੂੰ ਜਿਹੜਾ ਭਰ ਦਿੰਦਾ। ਵਿਖਿਅੰਤ ਜੀਵੰ ਵਸਿਅੰ ਕ੍ਰੋਧ ਹੈ ਗੁੱਸੇ, ਜਿਸ ਬੰਦੇ ਨੂੰ ਤੂੰ ਆਪਣੇ ਵਸ ਵਿਚ ਕਰ ਲਿਆ ਉਹਦੇ ਅੰਮ੍ਰਿਤ ਵਰਗੇ ਜੀਵਨ ਨੂੰ ਤੂੰ ਜ਼ਹਿਰ ਨਾਲ ਭਰ ਦਿੰਦਾ। ਤੇ ਫਿਰ ਕਹਿੰਦੇ ਉਹ ਪਤਾ ਕਿਵੇਂ ਨੱਚਦਾ? ਹਜ਼ੂਰ ਕਹਿਣ ਲੱਗੇ, ਨ੍ਰਿਤਯੰ ਕ੍ਰੋਧ ਜਥਾ ਮਰਕਟੈ, ਨ੍ਰਿਤ ਦਾ ਅਰਥ ਹੁੰਦਾ ਨੱਚਣਾ, ਨ੍ਰਿਤਯੰ ਕ੍ਰੋਧ ਇਹਦਾ ਅਰਥ ਉਹ ਨਾਚ ਕਰਦਾ ਕਿਵੇਂ, ਜਥਾ ਜਥਾ ਦਾ ਅਰਥ ਜਿਵੇਂ, ਮਰਕਟੈ ਮਰਕਟ ਦਾ ਅਰਥ ਬਾਂਦਰ। ਕਹਿਣ ਲੱਗੇ ਜਿਵੇਂ ਬਾਂਦਰ ਦਰ ਦਰ ਤੇ ਜਾ ਕੇ ਨੱਚਦਾ, ਪਿਆਰਿਆ ਯਾਦ ਰੱਖੀ ਇਸੇ ਤਰ੍ਹਾਂ ਕ੍ਰੋਧ ਵਿਚ ਆਇਆ ਹੋਇਆ ਬੰਦਾ ਟੇਕੇ ਨਹੀਂ ਬਹਿੰਦਾ, ਉਹ ਤੜਪੀ ਜਾਂਦਾ, ਉਹਨੂੰ ਕਦੀ ਟਿਕਾਓ ਮਿਲਦੇ। ਮਹਾਰਾਜ ਕਹਿਣ ਲੱਗੇ ਅੱਗੇ, ਖੇ ਕ੍ਰੋਧ ਅਨਕ ਸ਼ਾਸਨ, ਅਨਕ ਸ਼ਾਸਨ ਦਾ ਅਰਥ ਹੁੰਦਾ ਅਨੇਕ, ਸ਼ਾਸਨ ਦਾ ਅਰਥ ਹੁਕਮ। ਧਾੜੰਤ ਜਮਦੂਤ ਨੇ, ਜਮਦੂਤ ਹੈ ਜਿਹੜਾ ਜਮਦੂਤ ਏ, ਤੈਨੂੰ ਕ੍ਰੋਧ ਨੇ ਖਾ ਜਾਣਾ, ਅੱਗੇ ਜਮਦੂਤ ਤੇਰੇ ਤੇ ਹੁਕਮ ਚਲਾਏਗਾ। ਹੈ ਗੁੱਸੇ ਵਿਚ ਆਏ ਹੋਏ ਜੀਵ, ਜਮਦੂਤ ਦੇ ਘਰ ਵੀ ਠੋਕਰਾਂ ਨੇ, ਇੱਥੇ ਜਿਉਂਦਾ ਗੁੱਸੇ ਦੀ ਅੱਗ ਵੀ ਸੜਨਾ, ਮਰਨ ਤੋਂ ਬਾਅਦ ਜਿੰਦ ਜਿਹੜੀ ਉਹ ਨਰਕਾਂ ਦੀ ਅੱਗ ਵੀ ਸੜੇ। ਅਨਕ ਸ਼ਾਸਨ ਧਾੜੰਤ ਜਮਦੂਤ ਹੈ, ਤਵ ਸੰਗੇ ਅਦਮੰਗ ਨਰੈ, ਜਿਨੇ ਕ੍ਰੋਧ ਦੀ ਸੰਗਤ ਕਰ ਲਈ। ਸਾਹਿਬ ਕਹਿਣ ਲੱਗੇ ਤੂੰ ਉਸ ਬੰਦੇ ਨੂੰ ਬਿਲਕੁਲ ਨੀਚ ਬਣਾ ਦੇਣਾ, ਬੰਦੇ ਨੂੰ ਨੀਵਿਆਂ ਸੱਟ ਦੇਣਾ। ਸਤਿਗੁਰੂ ਨੇ ਤਾਂ ਹੀ ਬਾਣੀ ਵਿਚ ਕਿਹਾ, ਜਦੋਂ ਬਾਬਾ ਫਰੀਦ ਸਾਹਿਬ ਦੇ ਬਚਨ ਕਰਨੇ ਆ ਨਾ, ਪੜ੍ਹਨੇ ਆ, ਉਹ ਕਹਿੰਦੇ ਨੇ ਗੁੱਸਾ ਤਾਨੂੰ ਰੋਗ ਲਾਂਦਾ, ਤੇ ਜੇ ਕਿਤੇ ਗੁੱਸੇ ਨੂੰ ਟਲ ਨਹੀਂ ਤੇ ਚੁੱਪ ਕਰ ਜਾ, ਕੁਝ ਸਮਾਂ ਤੂੰ ਸੋਚ, ਗੁੱਸਾ ਆਵੇ ਤੇ ਗੁਰੂ ਕੀ ਬਾਣੀ ਨਾਲ ਜੁੜ ਜਾਈ, ਜਦੋਂ ਗੁੱਸਾ ਆਵੇ ਤੇ ਬਾਬਾ ਜੀ ਦਾ ਇੱਕ ਬਚਨ ਚੇਤੇ ਰੱਖੀ। ਕਹਿਣ ਲੱਗੇ ਜੇ ਗੁੱਸੇ ਤੋਂ ਬਚਣਾ ਚਾਹੁੰਦਾ ਫਰੀਦਾ, ਬੁਰੇ ਦਾ ਭਲਾ ਕਰ, ਜਦੋਂ ਤੇਰੇ ਨਾਲ ਕੋਈ ਈਰਖਾ ਕਰਦਾ ਤੂੰ ਉਹਨੂੰ ਬੁਲਾ ਲੈ, ਇੱਕ ਵਾਰੀ ਪ੍ਰੇਮ ਨਾਲ ਬੁਲਾ, ਦੂਜੀ ਵਾਰੀ ਪ੍ਰੇਮ ਨਾਲ ਬੁਲਾ, ਤੀਜੀ ਵਾਰੀ ਬੁਲਾਏਗਾ ਤੇ ਕੁਦਰਤੀ ਹੋ ਸਕਦਾ ਕਿ ਈਰਖਾਲੂ ਤੇਰੇ ਪ੍ਰੇਮ ਦਾ ਜਵਾਬ ਪ੍ਰੇਮ ਵੀ ਦੇ ਦੇ, ਈਰਖਾ ਮਿਟ ਜਾਏ। ਜਿਹੜਾ ਬੁਰਾ ਕਬ ਕਰਦਾ ਉਹਦਾ ਬੁਰਾ ਕਰੇਗਾ, ਤੇਰਾ ਅੰਦਰ ਵੀ ਸੜੇਗਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ, ਇੱਕ ਤਾਂ ਤਨ ਬਿਲਕੁਲ ਤੰਦਰੁਸਤ ਰਹੇਗਾ ਤੇ ਦੂਜਾ ਗੁਰੂ ਵੀ ਤੇਰੇ ਉੱਤੇ ਕਿਰਪਾ ਕਰਦਾ। ਹਜ਼ੂਰ ਜੀ ਬਚਨ ਕਰਦੇ ਨੇ ਜੇ ਗੁੱਸੇ ਤੋਂ ਬਚਣਾ
महाराज कहन लगे फिर दीन दुख भंजन दयाल प्रभ नानक सर्ब जी रखिया करोत जेड़ा गरीबां ते दया करदा है जेड़े वाहगुरु जी दुखां नूं खंडन करन वाले ने खे जीव गुरु पंचम पिता कहिंदे ने तू उन्हां दे चरणां विच चला जा ते बेनती कर हे मेरे दाता इस गुस्से दी अग तो बचा लै इस क्रोध दी अग्नि नूं ठंडियां कर दे ते याद रख जदो बेनती करेगा ओ मेरा वाहगुरु कृपा करके तेरे अंदर दे क्रोध नूं काबू करा देवेगा अंदर दा क्रोध खत्म हो जाएगा। धन गुरु ग्रंथ साहिब गुरुदेव ने क्रोध दे संबंध विच बेअंत बचन कहे एदे तो बचन दा तरीका है गुरु की बाणी नाल जुड़ जा ते सेवा भी जुड़ जा अंदर दा क्रोध जिहड़ा मिट जाएगा। दूसरा तरीका जदो तू बाणी पढ़े एक बचन मन विच रख के दुनिया सारी मेरे तो चंगी है मैं सब तो मंदा वां जे किसे ने मेनू माड़ा कह दिता है ते मेरे दातिया ए मेरे विच औगण होना है ते तेरे मन विचो इको आवाज निकले कबीर सब ते हम बुरे हम सा तज भलो सब कोए जिन ऐसा कर बुझिया मीत हमारा सोए। जदो तेरे मन अंदर किते गुस्सा आवे ते इको गल कही दाता ठीक है मेनू क्या गया क्योंकि हम नहीं चंगे बुरा नहीं कोए परणवत नानक तारे सोए मैं चंगा नहीं दुनिया विच मेनू छड़ के माड़ा कोई नहीं ते साहब कह लगे एक दिन पवजल तो जरूर करेगा। अगला बचन जेड़ा हजूर ने कीता कह लगे लालच तू किसे नू छड़िया नहीं ए लालच तू हर एक नू अपने अधीन कीता होया तेरियां लहरां विच हर एक फस गया ते गुरु ग्रंथ साहब दी बाणी विच लालच दी तुलना गुरुदेव ने एक कूकर दे नाल दिती। गुरु तेग बहादुर जी दा बचन हुंदा लालच दा अर्थ ए नहीं कि आपां किरत नहीं करनी लालच दे भाव नूं समझना लालच दा मतलब कि जेड़ी चीज सानू प्राप्त नहीं किसे होर दे कोले द्वेष वाली बिरती दे नाल ओनू प्राप्त करन वास्ते अपना पूरा जतन ला देना कि ए चीज मेरे कोल होवे। साहिब कहन लगे ए तमे ते लालच वाली बिरती है पर विकास नूं तरक्की नूं वेखदिआं जे कोई उद्यम करदा ए तमा नहीं। हजूर ने बाणी विच कहा कहन लगे लालच दे बारे जे समझ नहीं ना ते बड़ी सोहनी उदाहरण दिती। साहिब कहिंदे ने लालची बंदा उस कुत्ते दी तरह है उस कूकर दी तरह लालच के जिवें मानो एक कुत्ता सुख दी खातर दर दर ते जाके भटकदा ते हजूर कहिंदे ने गुरु तेग बहादुर जी सुख कह खेत बहुत दुख पावत सेव करत जन जन की द्वारे द्वार स्वान ज्यो डोलत नै सुध राम भजन की। जेड़ा लालची अंदर है कुत्ते दी तरह दर दर ते भटकदा है ते हजूर ने क्या कहन लगे जदो कुत्ता हलक जाए जेड़ा मालक ओनू पालदा है हलकिया होया कुत्ता कई बारी मालक नू भी कट्टन तो गुरेज नहीं करदा। लालची बंदा लालच विच खचत होया मन जेड़ा प्यारे ओ किसे दी परवाह नहीं जे करदा। सतगुरु बाणी विच बचन करदे ने कहन लगे ज्यो कूकर हरकाया धावै दह दिस जाए एदा अर्थ जिवे हलकिया होया कुत्ता दसी पासी जांदा है लोभी जंत न जाने पख अपख सब खाए इसे तरह लालची बिरती वाला मनुख जेड़ा इन्ना को हलक जांदा है ओ नहीं देखदा ए चीज कोई खाण वाली है नहीं खाण वाली। हलकिया होया कुत्ता जिवे हर एक नू वड़ दिंदा है ते लालची बंदे सामने क्यों आ जाए ओ किसे दा लिहाज नहीं जे करदा हर एक दे अंदर नू ठक के रखदा है। सतगुरु ने बाणी विच बचन बड़े सोहने कहे जिवें असीं पढ़ने आं हजूर दी बाणी विच कबीर साहिब दा इक शब्द हुंदा है कहिंदे ने देख ए कुकर लालची बंदे दा जिहड़ा चेहरा मोहर है जिहड़ी उहदी शकल है ओ बड़ी शरीफां वाली बना के रखेगा। हजूर ने कृपा कीती कहन लगे सुरह की जैसी तेरी चाल तेरी पुंछट ऊपर चमक बाल कबीर साहब दा शब्द है उन्हां ने गल लालच दी कीती। मैं अर्ज कर रहा बाणी विच लालच नूं कुत्ते नाल तुलना दिती ते गुरु नानक साहब तां इत्थों तक कहिंदे ने दाता जदों सवेरे उठ के तेरे नाम जपण दा समां हुंदा है ना जिस वक्त तेरे नाल चरणा तेरियां भी जुड़ना है उठण दी देरे दातिया मंजे ते बहिंदिया सार पहला अंदरों एक कुत्ते की आवाज आउंदी है
ਉਸ ਕੁੱਤੇ ਦੇ ਨਾਲ ਦੋ ਹੋਰ ਕੁੱਤੀਆਂ ਵੀ ਭੌਂਕਦੀਆਂ ਪਈਆਂ। ਇਹ ਬਾਣੀ ਦਾ ਸ਼ਬਦ ਏ। ਸਾਹਿਬ ਕਹਿੰਦੇ ਨੇ ਏਕ ਸਵਾਨ ਦੋਏ ਸਵਾਨੀ ਨਾਲ, ਸ੍ਰੀ ਰਾਗ ਦਾ ਸ਼ਬਦ ਏ। ਏਕ ਸਵਾਨ ਇਹਦਾ ਅਰਥ ਹੈ ਲਾਲਚ, ਇੱਕ ਕੁੱਤਾ ਅੰਦਰ ਬੈਠਾ ਹੈ। ਦੋਏ ਸਵਾਨੀ ਨਾਲ ਆਸਾ ਤੇ ਤ੍ਰਿਸ਼ਨਾ ਦੋ ਕੁੱਤੀਆਂ ਨੇ। ਜਦੋਂ ਦਾਤਿਆ ਤੇਰੀ ਬਾਣੀ ਵੀ ਜੁੜਨਾ, ਉਦੋਂ ਲਾਲਚ ਕੁੱਤਾ ਭੌਂ ਕੇ ਦਸੇ ਪਾਸੇ ਦੌੜਾਉਂਦਾ ਮਨ ਨੂੰ, ਤੇ ਮਨ ਪੜਦਾ ਬਾਣੀ ਨਹੀਂ ਹੁੰਦਾ। ਜ਼ਬਾਨ ਨਾਲ ਬਾਣੀ ਪੜਨਾ ਤੇ ਮਨ ਕੁੱਤਾ ਭੌਂਕ ਭੌਂਕ ਕੇ ਬਾਣੀ ਪੜਦਿਆਂ ਵੀ ਕਹੀ ਜਾਂਦਾ, ਜੇ ਮੇਰੇ ਕੋਲ ਇੰਨਾ ਕੁਝ ਹੋਵੇ ਨਾ, ਜੇ ਮੈਂ ਇੰਨਾ ਕੁਝ ਇਕੱਠਾ ਕਰ ਲਵਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਟਿਕਣ ਨਹੀਂ ਦਿੱਤਾ ਇਸ ਕੁੱਤੇ। ਏਕ ਦਵਾਨ ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਕਹਿਣ ਲੱਗੇ ਫਿਰ ਮੈਂ ਝੂਠ ਦਾ ਛੁਰਾ ਪਕੜਿਆ। ਜਿਵੇਂ ਛੁਰੇ ਨਾਲ ਕਿਸੇ ਨੂੰ ਵੱਢ ਕੇ ਮਾਰ ਕੇ ਛੱਡ ਲਿਆਈਦਾ, ਲਾਲਚ ਕੁੱਤੇ ਨੇ ਝੂਠ ਦਾ ਛੁਰਾ ਪਕੜਾਇਆ ਤੇ ਦਾਤਿਆਂ ਮੈਂ ਝੂਠ ਬੋਲ ਬੋਲ ਕੇ ਮੁਰਦਾ ਪਿਆ ਖਾਨਾ। ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾਂ ਕਰਤਾਰ, ਦਾਤਿਆ ਮੇਰਾ ਤਾਂ ਲਿਬਾਸ ਵੀ ਧਾਨਕਾਂ ਵਾਲਾ। ਮੈਂ ਅਰਜ਼ ਕਰ ਰਿਹਾ, ਕਬੀਰ ਸਾਹਿਬ ਕਹਿੰਦੇ ਨੇ ਸੁਰ ਹੈ ਕਿ ਜੈਸੀ ਤੇਰੀ ਚਾਲ, ਤੇਰੀ ਪੁੰਛਟ ਉਪਰ ਚਮਕ ਬਾਲ। ਸੁਰਾ ਦਾ ਅਰਥ ਹੁੰਦਾ ਗਾਂ। ਕਹਿਣ ਲੱਗੇ ਜਿਹੜੇ ਕੁੱਤੇ ਨੇ ਘਰੋਂ ਕੁਝ ਖਾਣਾ ਹੋਵੇ ਨਾ, ਜਦੋਂ ਘਰ ਵਿਚ ਆਉਂਦਾ ਤੇ ਇਸ ਤਰ੍ਹਾਂ ਬੜੇ ਸ਼ਰੀਫ ਜਿਹਾ ਢੰਗ ਨਾਲ ਆਉਂਦਾ, ਜਿਵੇਂ ਗਾਂ ਦੀ ਚਾਲ ਹੁੰਦੀ ਏ ਨਾ, ਇਸੇ ਤਰ੍ਹਾਂ ਐਸਤਾ ਐਸਤਾ ਤੁਰਿਆ ਆਉਂਦਾ। ਹਜ਼ੂਰ ਕਹਿੰਦੇ ਨੇ ਤੇਰੀ ਪੁੰਛਟ ਉਪਰ ਚਮਕ ਬਾਲ, ਉਹਦੀ ਪੂੰਛ ਤੇ ਬਾਲ ਵੀ ਬੜੇ ਚਮਕੀਲੇ ਨੇ ਤੇ ਕੁੱਤਾ ਆਉਂਦਾ ਵੀ ਬੜੇ ਦੱਬੇ ਪੈਰੀ। ਸਤਿਗੁਰੂ ਨੇ ਅੱਗੇ ਬਚਨ ਕੀਤਾ, ਕਹਿਣ ਲੱਗੇ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਏ, ਔਰ ਕਿਸੇ ਹੀ ਕੇ ਮਤ ਤੂੰ ਜਾਏ। ਕਹਿਣ ਲੱਗੇ ਐ ਕੂਕਰ ਮਨ, ਜੋ ਵਾਹਿਗੁਰੂ ਨੇ ਤੈਨੂੰ ਤੇਰੇ ਘਰ ਵੀ ਦਿੱਤਾ, ਸੰਤੋਖ ਕਰਕੇ ਤੂੰ ਉਹਦੇ ਤੇ ਗੁਜ਼ਾਰਾ ਕਰ ਲੈ। ਦੂਜੇ ਵੱਲ ਝਾਤੀ ਮਾਰ ਕੇ ਅੰਦਰ ਨੂੰ ਤੜਫਾ ਨਾ, ਕਿਉਂਕਿ ਦੂਜੇ ਘਰ ਵਿਚ ਜਾ ਕੇ ਕਦੀ ਸੁੱਖ ਮਿਲਦਾ ਨਹੀਂ। ਜੋ ਕੁਝ ਇਸ ਘਰ ਵਿਚ ਇਹ ਦਰ ਤੇ ਜੋ ਵਾਹਿਗੁਰੂ ਨੇ ਤੈਨੂੰ ਦਿੱਤਾ ਇਹਦੇ ਤੇ ਭਰੋਸਾ ਕਰ। ਅਗਲਾ ਜਿਹੜਾ ਬਚਨ ਕੀਤਾ ਨਾ ਕਬੀਰ ਸਾਹਿਬ ਨੇ, ਕਮਾਲ ਕਰ ਦਿੱਤੀ। ਕਹਿਣ ਲੱਗੇ ਜਦੋਂ ਕੁੱਤਾ ਕਿਤੇ ਘਰ ਵੀ ਜਾਂਦਾ ਨਾ, ਤੇ ਮਾਲਕ ਕਈ ਵਾਰੀ ਦੇਖਦਾ ਵੀ ਕੁੱਤਾ ਆਇਆ, ਰੋਟੀ ਦਾ ਟੁਕੜਾ ਪਾਉਂਦਾ, ਕੁੱਤੇ ਨੇ ਰੋਟੀ ਵੀ ਖਾ ਲਈ। ਹਜ਼ੂਰ ਕਹਿੰਦੇ ਨੇ ਜੇ ਕਿਤੇ ਭਾਂਡੇ ਵਿਚ ਦੁੱਧ ਪਿਆ ਉਹ ਵੀ ਉਹਨੇ ਲੱਕ ਲਿਆ, ਪਰਤ ਕੇ ਕੀ ਕਰਦਾ? ਮਾਲਕ ਦੇ ਜਿਹੜੇ ਭਾਂਡੇ ਨੇ ਰੋਟੀ ਖਾ ਕੇ ਉਹ ਭਾਂਡੇ ਵੀ ਚੱਟਦਾ। ਸਾਹਿਬ ਕਹਿਣ ਲੱਗੇ ਕੇਵਲ ਭਾਂਡੇ ਨਹੀਂ, ਜਿੱਥੇ ਸਵਾਣੀ ਨੇ ਆਟਾ ਪੀਆ ਜਿਸ ਚੱਕੀ ਦੇ ਨਾਲ, ਉਸ ਚੱਕੀ ਦੇ ਆਟੇ ਨੂੰ ਵੀ ਖਾਂਦਾ, ਚੱਕੀ ਦੇ ਪੁੜਾਂ ਨੂੰ ਵੀ ਚੱਟਦਾ। ਇੱਥੇ ਸਬਰ ਨਹੀਂ, ਜਿਸ ਕੱਪੜੇ ਦੇ ਨਾਲ ਮਾਤਾ ਨੇ ਮਾਈ ਨੇ ਚੱਕੀ ਦੇ ਪੁੜ ਸਾਫ ਕੀਤੇ, ਉਹ ਕੱਪੜਾ ਆਟੇ ਨਾਲ ਭਰਿਆ। ਕੁੱਤਾ ਜਾਣ ਲੱਗਿਆਂ ਆਟੇ ਨਾਲ ਭਰੇ ਹੋਏ ਕੱਪੜੇ ਨੂੰ ਵੀ ਮੂੰਹ ਵਿਚ ਪਾ ਕੇ ਬਾਹਰ ਲੈ ਜਾਂਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹੀ ਲਾਲਚ ਦੇਖ, ਕੁੱਤੇ ਨੂੰ ਰੋਟੀ ਵੀ ਪਾਈ, ਦੁੱਧ ਵੀ ਮਾਲਕ ਨੇ ਦਿੱਤਾ, ਪਰ ਉਹਦੇ ਤੇ ਅਸਰ ਕੋਈ ਨਹੀਂ। ਉਹ ਭਾਂਡੇ ਵੀ ਚੱਟਦਾ, ਚੱਕੀ ਦੇ ਪੁੜ ਚੱਟ ਕੇ ਆਟਾ ਵੀ ਖਾਂਦਾ। ਇੰਨਾ ਸਬਰ ਨਹੀਂ, ਮੈਂ ਇੰਨਾ ਕੁਝ ਲੈ ਲਿਆ, ਹੁਣ ਤ੍ਰਿਪਤ ਹੋ ਜਾ। ਤੇ ਜਾਣ ਲੱਗਿਆਂ ਸਾਹਿਬ ਕਹਿੰਦੇ ਨੇ ਕੱਪੜਾ ਜਿਹੜਾ ਆਟੇ ਨਾਲ ਭਰਿਆ ਉਹਨੂੰ ਵੀ ਲੈ ਕੇ ਤੁਰ ਪਿਆ। ਹਜ਼ੂਰ ਕਹਿੰਦੇ ਨੇ ਜੇ ਇੰਨਾ ਕੁ ਤਮੇ ਵਿਚ ਆ ਗਏ ਤੇ ਯਾਦ ਰੱਖੀ ਤੇਰੀ ਪਿੱਠ ਤੇ ਡਾਂਗ ਜ਼ਰੂਰ ਪੈਗੀ, ਕਿੰਨੇ ਕੁ ਦਿਨ ਤੂੰ ਇਸੇ ਤਰ੍ਹਾਂ ਕੱਢ ਲੈ। ਬਾਣੀ ਵਿਚ ਸਾਹਿਬ ਨੇ ਕਿਹਾ, ਕਹਿਣ ਲੱਗੇ ਚਾਕੀ ਚਾਟੇ ਚੂਨ ਖਾਹੇ, ਚਾਕੀ ਚੱਟੀ ਚੂਨ ਖਾਦਾ ਆਟਾ ਖਾਦਾ, ਚਾਕੀ ਕਾ ਚੀਥਰਾ, ਚੀਥਰਾ ਦਰ ਤੇ ਕੱਪੜਾ, ਉਸ ਕੱਪੜੇ ਨੂੰ ਕਿੱਥੇ ਲੈ ਕੇ ਜਾ ਰਹੇ? ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਛੀਕੇ ਪਰ ਤੇਰੀ ਬਹੁਤ ਢੀਠ। ਸਾਹਿਬ ਕਹਿਣ ਲੱਗੇ ਫਿਰ ਇੱਥੇ ਬਸ ਨਹੀਂ, ਆਪਾਂ ਕਈ ਵਾਰੀ ਦੇਖਣੇ ਛਿੱਕੂ ਵਿਚ ਘਰ ਦੀਆਂ ਰੋਟੀਆਂ ਪਾ ਕੇ ਜਾਂ ਹੋਰ ਸਮਾਨ ਪਾ ਕੇ ਟੰਗ ਦੇਣਾ। ਸਤਿਗੁਰੂ ਕਹਿਣ ਲੱਗੇ ਉਸ ਕੱਪੜੇ ਨੂੰ ਵੀ ਚੁੱਕ ਕੇ ਸਬਰ ਨਹੀਂ ਆਇਆ, ਤੇ ਜਿਹੜੇ ਛਿੱਕੂ ਵਿਚ ਮਾਈ ਨੇ ਕੁਝ ਸਮਾਨ ਖਾਣ ਵਾਲਾ ਪਾ ਕੇ ਰੱਖਿਆ, ਕੁੱਤੇ ਦੀ ਨਜ਼ਰ ਫਿਰ ਉੱਥੇ ਉੱਤੇ ਟਿੱਕੀ ਹੋਈ। ਸਤਿਗੁਰੂ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਲਾਲਚ, ਇਹਨੂੰ ਕਹਿੰਦੇ ਨੇ ਤਮਾ। ਤੇ ਪਿਆਰਿਓ, ਮਨ ਦਾ ਪਤਾ ਕੋਈ ਨਹੀਂ ਜੇ ਇਹਨੇ ਕਿੱਥੇ ਡਿੱਗ ਪੈਣਾ। ਜਿਹੜੇ ਦਾਅਵੇ ਵੱਡੇ ਵੱਡੇ ਕਰਦੇ ਨੇ ਨਾ, ਅਸੀਂ ਸੰਤੋਖੀ ਹਾਂ ਜੀ, ਸਾਨੂੰ ਮਾਇਆ ਦੀ ਲੋੜ ਨਹੀਂ, ਅਸੀਂ ਪਰਵਾਹ ਨਹੀਂ ਕਰਦੇ। ਉਹ ਇੱਥੇ ਇੱਥੇ ਇਹੋ ਜਿਹੀ ਥਾਂ ਤੇ ਡਿੱਗਦੇ ਦੇਖੇ ਨੇ ਜਿੱਥੇ ਮੇਰਾ ਖਿਆਲ ਹੈ ਆਮ ਬੰਦਾ ਵੀ ਨਹੀਂ ਡਿੱਗਦਾ। ਇੱਕ ਬੜੀ ਸੋਹਣੀ ਘਟਨਾ ਭਰਥਰੀ ਦੇ ਜੀਵਨ ਵਿਚ ਆਉਂਦੀ। ਉਹਨੇ ਵੈਰਾਗ ਸ਼ਤਕ ਲਿਖਿਆ, ਠੀਕ ਉਹਦੇ ਅੰਦਰ ਨੂੰ ਠੋਕਰ ਲੱਗੀ, ਉਹਨੂੰ ਧੋਖਾ ਦਿੱਤਾ ਰਾਣੀ ਨੇ। ਮੈਂ ਉਸ ਘਟਨਾ ਵੱਲ ਯਾਦਾਂ ਨਾ ਜਾਵਾਂ, ਉਸ ਨੂੰ ਰਾਣੀ ਨੇ ਦਿੱਤਾ ਧੋਖਾ, ਉਹਨੇ ਸਭ ਕੁਝ ਘਰ ਬਾਰ ਛੱਡ ਦਿੱਤਾ। ਕਹਿਣ ਲੱਗਾ ਦੁਨੀਆਂ ਤਾਂ ਹੈ ਹੀ ਕੇਵਲ ਧੋਖਾ, ਛੱਡ ਤੇ ਫਰੇਬ ਕੀ ਲੈਣਾ ਇਹਦੇ ਵਿਚ ਰਹਿ ਕੇ।
ਉਹ ਤੁਰ ਪਿਆ ਜੀ, ਰਾਜ ਛੱਡ ਕੇ, ਰਾਣੀਆਂ ਛੱਡ ਕੇ, ਸੁੱਖ ਛੱਡ ਕੇ, ਸਭ ਕੁਝ ਤਿਆਗ ਕੇ ਤੁਰਿਆ। ਤੇ ਇੱਕੋ ਮਨ ਵਿੱਚ ਗੱਲ ਆਈ, ਇੱਥੋਂ ਤੱਕ ਵੈਰਾਗ ਸ਼ਤਕ ਵਿੱਚ ਉਹ ਲਿਖਦਾ, ਜਦੋਂ ਉਹਦੇ ਅੰਦਰ ਵੈਰਾਗ ਉਪਜਿਆ, ਕਹਿੰਦਾ ਹੇ ਮੇਰੇ ਪ੍ਰਭੂ, ਵੈਸੇ ਉਹ ਸ਼ਿਵ ਜੀ ਨੂੰ ਸੰਬੋਧਨ ਕਰਦਾ, ਕਹਿੰਦਾ ਸ਼ਿਵਾ, ਕੋਈ ਐਸਾ ਦਿਨ ਆਏਗਾ ਜਿੱਦਨ ਮੈਂ ਸਮਾਧੀ ਵਿੱਚ ਇਸ ਤਰ੍ਹਾਂ ਬਹਿ ਜਾਵਾਂ ਮੇਰੇ ਤਨ ਤੇ ਮਿੱਟੀ ਜੰਮ ਜਾਏ। ਕਈ ਸਾਲ ਮੈਂ ਬੈਠਾ ਰਹਾਂ, ਮੇਰੇ ਤਨ ਤੇ ਮਿੱਟੀ ਜੰਮ ਜਾਏ, ਤੇ ਮੇਰੇ ਕੋਲੋਂ ਹਿਰਨ ਲੰਘਣ ਤੇ ਸਿੰਘ ਨਾਲ ਮੇਰੇ ਤਨ ਦੀ ਪਈ ਹੋਈ ਮਿੱਟੀ ਨੂੰ ਚਾੜਨ, ਤੇ ਮੈਂ ਇੰਨਾ ਕੁ ਤੇਰੇ ਚਰਨਾਂ ਵੀ ਜੁੜਾਂ ਕਿ ਉਹਨਾਂ ਦੇ ਸਿੰਘਾਂ ਦੀ ਠੋਕਰ ਨਾਲ ਵੀ ਮੇਰੀ ਸਮਾਧੀ ਕਦੀ ਟੁੱਟੇ। ਉਹਦੇ ਅੰਦਰ ਦਾ ਇੱਕ ਫੁਰਨ ਹੈ। ਉਹਨੇ ਇੱਕ ਬੜੀ ਸੋਹਣੀ ਗੱਲ ਕਹੀ, ਕਹਿੰਦਾ ਵੀ ਸੱਜਣੋ ਇਹ ਗੱਲ ਚੇਤੇ ਰੱਖਿਓ, ਮੈਂ ਵੀ ਘਰ ਛੱਡ ਕੇ ਨਿਕਲਿਆ ਵਾਂ, ਰਾਣੀਆਂ ਛੱਡੀਆਂ, ਸੁੱਖ ਛੱਡੇ, ਜਦੋਂ ਤੁਰਿਆ ਜਾਏ ਰਾਤ ਸੀ ਚਾਨਣੀ, ਤੇ ਸੋਚਿਆ ਵੀ ਹੁਣ ਕੋਈ ਚੀਜ਼ ਪੱਲੇ ਤੇ ਨਹੀਂ, ਮੈਂ ਵੈਰਾਗੀ ਹਾਂ, ਸਾਹਮਣੇ ਕੀ ਦੇਖਿਆ ਕਿ ਚੀਜ਼ ਚਮਕਦੀ ਪਈ ਹੈ, ਤੇ ਅੰਜ ਪ੍ਰਤੀਤ ਹੋਇਆ ਕਿ ਜਿਵੇਂ ਲਾਲ ਹੋਵੇ, ਮਨ ਸਭ ਕੁਝ ਛੱਡ ਕੇ ਆਇਆ, ਇੱਕ ਪਾਸੇ ਹੀਰੇ ਮੋਤੀ ਛੱਡੇ, ਅੰਦਰੋਂ ਆਵਾਜ਼ ਆਈ ਉਹ ਭਰਤਰੀ ਕੀ ਹੋਇਆ, ਘਰੋਂ ਤਾਂ ਸਭ ਕੁਝ ਛੱਡ ਕੇ ਆਇਆ, ਆ ਕੀਮਤੀ ਲਾਲ ਚਮਕਦਾ, ਇਸ ਲਾਲ ਨੂੰ ਤੂੰ ਆਪਣੇ ਜੇਬ ਵਿਚ ਪਾ ਲੈ, ਕਿਤੇ ਮੁਸੀਬਤ ਵੇਲੇ ਕੰਮ ਆਏਗਾ, ਜੰਗਲ ਵਿਚ ਕਿੰਨੇ ਤੇਰਾ ਸਾਥ ਦੇਣ। ਕਹਿੰਦੇ ਨੇ ਸਭ ਕੁਝ ਛੱਡਿਆ, ਲਾਲ ਸਮਝ ਕੇ ਜਦੋਂ ਚੁੱਕਣ ਲੱਗਾ, ਤੇ ਅਸਲ ਵਿਚ ਲਾਲ ਉਹ ਹੈ ਨਹੀਂ ਸੀ, ਕਿਸੇ ਨੇ ਪਾਨ ਚਬਾ ਕੇ ਥੁੱਕਿਆ ਹੋਇਆ ਸੀ। ਉਸ ਵਕਤ ਉਹਨੇ ਗੱਲ ਕਹੀ, ਕਹਿਣ ਲੱਗਾ ਰਤਨ ਜੜਤ ਮੰਦਰ ਤਜੇ, ਵੈਰਾਗ ਸ਼ਤਕ, ਰਤਨ ਜੜਤ ਮੰਦਰ ਛੱਡੇ, ਉਹ ਜਾ ਭਰਤਰੀ ਰਤਨਾਂ ਨੂੰ ਜੜੇ ਹੋਏ ਮੰਦਰਾਂ ਨੂੰ ਛੱਡ ਕੇ ਆਏ, ਅਰ ਸਖੀਆਂ ਕਾ ਸਾਥ ਰਾਣੀਆਂ ਨੂੰ ਛੱਡ ਕੇ ਆਇਆ, ਰੇ ਮਨ ਧੋਖੇ ਲਾਲ ਕੇ ਦਿਓ ਪੀਕ ਮੈਂ ਹੱਥ, ਜਾਓ ਲਾਲਚੀ ਮਣਾ ਦੇਖ ਥੁੱਕ ਨਾਲ ਹੱਥ ਭਰੇਗੇ, ਬੰਨਾ ਵੀ ਤੇਰੇ ਨਾਲ ਇਹ ਸੀ, ਕਿਉਂਕਿ ਇੰਨਾ ਕੁਝ ਛੱਡ ਕੇ ਵੀ ਜੀ ਲਾਲਚੀ ਉਵੇਂ ਥੁੱਕ ਤੋਂ ਬਿਨਾਂ ਕੁਝ ਮਿਲਦਾ ਵੀ ਸੀ, ਪਰ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੈ ਨਾ, ਉਹਨੂੰ ਲਾਲਚ ਪਾਉਂਦਾ ਵੀ ਨਹੀਂ, ਜੇ ਦਾਵਾ ਨਾ ਕੋਈ ਕਰੇ ਵੀ ਮੈਂ ਲਾਲਚੀ ਨਹੀਂ। ਮੈਂ ਤੇ ਕਈ ਵਾਰੀ ਬੇਨਤੀ ਕਰਨਾ ਹੁੰਦਾ, ਜਿਹੜਾ ਬੰਦਾ ਸਟੇਜ ਤੇ ਦਾਵਾ ਕਰਦਾ ਹੈ ਨਾ, ਮੈਨੂੰ ਬਿਲਕੁਲ ਪਰਵਾਹ ਨਹੀਂ, ਗੁਰੂ ਦੀ ਬਾਣੀ ਮੁਤਾਬਕ ਉਹਦੇ ਵਰਗਾ ਹੰਕਾਰੀ ਬੰਦਾ ਦੁਨੀਆਂ ਤੇ ਕੋਈ ਨਹੀਂ। ਧਿਆਨ ਰੱਖਿਓ, ਨਾਮ ਦੇਹ ਵਿਚ ਤੇ ਰੱਬ ਵਿਚ ਕੋਈ ਅੰਤਰ ਨਹੀਂ। ਬਾਣੀ ਵਿਚ ਬੇਅੰਤ ਵਾਰੀ ਪ੍ਰਮਾਣ ਆਏ ਨੇ ਕਿ ਨਾਮੈ ਨਾਰਾਇਣ ਨਾ ਹੀ ਭੇਦ, ਇਥੋਂ ਤੱਕ ਆਉਂਦਾ ਨਾਮੈ ਹਰ ਕਾ ਦਰਸ਼ਨ ਪਾਇਆ, ਇਥੋਂ ਤੱਕ ਬਾਣੀ ਵਿਚ ਆਉਂਦਾ ਸਾਹਿਬ ਕਹਿੰਦੇ ਤੂੰ ਕੁਨ ਰੇ ਮੈਂ ਜੀ ਨਾਮੈ, ਦਾ ਮਤਲਬ ਰੱਬ ਨਾਲ ਗੱਲ ਕਰਦਾ, ਜਿੱਦਣ ਉਹ ਵੀ ਲਾਲਚ ਦੀ ਗੱਲ ਕਰਦਾ, ਇਹ ਨਹੀਂ ਕਹਿੰਦੇ ਨਾਮਦੇਵ ਜੀ ਮੈਂ ਲਾਲਚ ਤੋਂ ਮੁਕਤਾ, ਬਾਹਾਂ ਖੜੀਆਂ ਕਰਕੇ ਕਹਿੰਦੇ ਨੇ ਦਾਤਿਆ ਲੋਭ ਲਹਿਰ ਅਤ ਨੀਚਰ ਵੱਜੈ, ਕਾਇਆ ਡੁੱਬੈ ਕੇਸਵਾ, ਲਾਲਚ ਦੀਆਂ ਲਹਿਰਾਂ ਮੈਨੂੰ ਵੱਜਦੀਆਂ ਪਈਆਂ ਨੇ, ਮੇਰਾ ਤਨ ਡੁੱਬਦਾ ਪਿਆ, ਮੇਰੇ ਕੋਲ ਕੋਈ ਤਾਕਤ ਨਹੀਂ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ, ਵੀਸਲਾ ਮੈਨੂੰ ਤਾਰ ਲੈ ਲਾਲਚ ਮੈਨੂੰ ਖਾ ਗਈ। ਸਤਿਗੁਰੂ ਕੇ ਪਿਆਰਿਓ, ਪਰ ਮੇਰੇ ਦਾਤੇ ਨੇ ਕਿਰਪਾ ਕੀਤੀ, ਲਾਲਚ ਠੱਗਣ ਲਈ ਗੁਰੂ ਨਾਨਕ ਸਾਹਿਬ ਨੂੰ ਵੀ ਆਇਆ। ਭਾਈ ਗੁਰਦਾਸ ਨੇ ਪਹਿਲੀ ਵਾਰ ਦੀ 31ਵੀਂ ਪੌੜੀ ਵਿਚ ਇਕ ਬੜਾ ਸੋਹਣਾ ਬਚਨ ਕੀਤਾ। ਸਤਿਗੁਰੂ ਸੁਮੇਰ ਪਰਬਤ ਤੇ ਗਏ, ਧਿਆਨ ਦੇਣਾ ਉਥੇ ਜੋਗੀਆਂ ਨਾਲ ਗੋਸ਼ਟ ਹੋਈ। ਵੈਸੇ ਸਤਿਗੁਰੂ ਕੀ ਲੀਲਾ ਬੜੀ ਅਪਰੰਪਰਾ ਪਾ ਰਹੇ, ਜਿਉਂ ਜਿਹਾ ਅਧਿਕਾਰੀ ਦੇਖਦੇ ਸਨ ਨਾ, ਉਪਦੇਸ਼ ਉਹੋ ਜਿਹਾ ਦੇਣਾ। ਮੈਂ ਕਈ ਵਾਰੀ ਸੋਚਣਾ ਹੁੰਦਾ ਕਈ ਬੰਦੇ ਐਸੇ ਨੇ ਜਿਨ੍ਹਾਂ ਤੇ ਆਹ ਗੱਲਾਂ ਵਾਲਾ ਉਪਦੇਸ਼ ਅਸਰ ਨਹੀਂ ਜੇ ਕਰਦਾ, ਮੈਨੂੰ ਖਿਮਾ ਕਰਿਆ ਜੇ। ਦੇਖੋ ਸੱਜਣ ਠੱਗ ਸੀ ਨਾ, ਉਹਨੇ ਸ਼ਬਦ ਸੁਣਿਆ ਇੱਕੋ ਨਾਲ ਨਿਵਿਰਤੀ ਹੋ ਗਈ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਂ, ਸ਼ਬਦ ਪੜਿਆ ਸਾਹਿਬ ਨੇ ਉੱਜਲ ਕੇ ਹਾਂ ਚਿਲਕਣਾ ਟਿਕ ਗਿਆ। ਭੂਮੀਏ ਚੋਰ ਨੂੰ ਤਿੰਨ ਕੁ ਗੱਲਾਂ ਜ਼ਬਾਨ ਨਾਲ ਹਜ਼ੂਰ ਨੇ ਰਸਨਾ ਨਾਲ ਕਹੀਆਂ ਵੀ ਸੱਜਣਾ ਗਰੀਬ ਮਾਰ ਨਾ ਕਰੀ, ਲੂਣ ਖਾ ਕੇ ਹਰਾਮ ਨਾ ਕਰੀ। ਜਦੋਂ ਇਹ ਤਿੰਨ ਕੁ ਬਚਨ ਮੇਰੇ ਸਾਹਿਬ ਨੇ ਕਹਿ ਝੂਠ ਨਾ ਬੋਲੀ, ਉਹ ਵੀ ਸਰ ਗਿਆ, ਉਹਦਾ ਵੀ ਬਣ ਗਿਆ। ਕੌਡੇ ਰਾਛ ਨੇ ਸ਼ੀਸ਼ੇ ਵਿਚੋਂ ਗੁਰਦੇਵ ਦੇ ਚਿਹਰੇ ਨੂੰ ਦੇਖਿਆ, ਉਹ ਵੀ ਸੁਧਰ ਗਿਆ। ਨੂਰ ਸ਼ਾਹ ਜਾਦੂਗਰਨੀ ਨੇ ਸਾਹਿਬ ਦੇ ਬਚਨ ਚਿਹਰੇ ਦੇ ਦਰਸ਼ਨ ਕੀਤੇ ਤਰ ਗਈ। ਪਰ ਜਦੋਂ ਸਿੱਧਾ ਨਾਲ ਚਰਚਾ ਹੋਈ ਨਾ, ਮੇਰੇ ਬਾਬੇ ਨੇ ਹਰ ਇੱਕ ਸਵਾਲ ਦਾ ਉੱਤਰ ਦਿੱਤਾ, ਤੇ ਜਦੋਂ ਫਿਰ ਵੀ ਕਾਬੂ ਨਾ ਆਏ, ਫਿਰ ਕਹਿਣ ਲੱਗੇ ਮਰਦਾਨਿਆਂ ਹੁਣ ਰਬਾਬ ਨੂੰ ਥੱਲੇ ਰੱਖ। ਕਹਿਣ ਲੱਗੇ ਹੁਣ ਖੜਾਮ ਛੱਡ, ਕਿਉਂਕਿ ਖੜਾਮ ਦੇ ਗਾਹਕ ਨੇ, ਉਪਦੇਸ਼ ਨਾਲ ਨਹੀਂ ਮੰਨਣਾ ਇਹਨਾਂ ਨੇ, ਹੁਣ ਇਹਨਾਂ ਦੇ ਸਿਰ ਤੇ ਚਾਰਕ ਪੈਣਗੀਆਂ ਤੇ ਆਪਣੇ ਆਪ ਹੀ ਬੰਦੇ ਦੇ ਪੁੱਤ ਬਣ ਕੇ ਟਿਕ ਜਾਣ, ਕਿਉਂਕਿ ਉਪਦੇਸ਼ ਦਿੱਤਿਆਂ ਨਹੀਂ ਮੰਨੇ। ਸਤਿਗੁਰੂ ਨੂੰ ਉੱਥੇ ਮੈਂ ਇੱਕ ਲਾਲਚ ਦਿੱਤਾ। ਜਦੋਂ ਸਾਹਿਬ ਗਏ, ਸਤਿਗੁਰੂ ਨੂੰ ਬਾਲਾ ਉਹਨਾਂ ਨੇ ਕਿਹਾ, ਤੇ ਮਹਾਰਾਜ ਜੀ ਨਾਲ ਚਰਚਾ ਹੋਈ। ਭਾਈ ਗੁਰਦਾਸ ਕਹਿੰਦੇ ਨੇ ਜੋਗੀਆਂ ਸੋਚਿਆ ਵੀ ਗੱਲ ਇਹ ਬੰਦਾ ਬੜਾ ਸਿਆਣਾ, ਅੱਜ ਨਾ ਸਾਡੇ ਸਿੱਖ ਜਗਤ ਵੀ ਇੱਕ ਗੱਲ ਬੜੀ ਘਰ ਕਰ ਚੁੱਕੀ ਏ, ਸਿਆਣਾ ਵਿਦਵਾਨ ਹੋਵੇ, ਸਿਆਣਾ ਕੀਰਤਨੀਆ ਹੋਵੇ, ਸਿਆਣਾ ਸਿਆਸਤਦਾਨ ਹੋਵੇ, ਜਾਂ ਕਿਤੇ ਰੁਪਈਏ ਵੱਲੋਂ ਚੰਗਾ ਤਕੜਾ ਹੋਵੇ,
ਹਰ ਬੰਦੇ ਦੀ ਇਹ ਅੰਦਰ ਦੀ ਬਿਰਤੀ ਹੁੰਦੀ ਹੈ, ਸਿਆਣਾ ਜਿਤਨਾ ਮਰਜ਼ੀ ਏ ਪਰ ਕਿੰਨਾ ਚੰਗਾ ਹੋਵੇ ਜੇ ਮੇਰੇ ਨਾਲ ਜੁੜ ਜਾਏ, ਮੇਰੇ ਨਾਲ ਜੁੜ ਕੇ ਜੇ ਮੇਰੀ ਗੱਲ ਕਰੇ ਤੇ ਮੇਰੀ ਧੰਨ ਧੰਨ ਹੋ ਜਾਏਗੀ। ਚੇਤੇ ਰੱਖੋ ਅੱਜ ਵੀ ਗੱਲ ਹੈ, ਕਿਤੇ ਆਪਾਂ ਡੇਰਿਆਂ ਤੇ ਤੱਕਣੇ ਆ ਜਾਂ ਕਿਤੇ ਆਮ ਬੰਦਿਆਂ ਸੁਸਾਇਟੀਆਂ ਨੂੰ ਤੱਕਣੇ ਆ ਕਿ ਜੇ ਕਿਤੇ ਮੇਰੇ ਨਾਲ ਜੁੜ ਜਾਏ ਮੇਰੀ ਧੰਨ ਧੰਨ ਹੈ। ਬਾਬਾ ਜੀ ਨੇ ਇਹਨਾਂ ਦੇ ਸ਼ੰਕੇ ਨਿਵਰਤ ਕੀਤੇ, ਉਹਨਾਂ ਦੇ ਮਨ ਚ ਇੱਕ ਭਰਮ ਬਹਿ ਗਿਆ। ਕਹਿਣ ਲੱਗੇ ਜੇ ਕਿਤੇ ਨਾਥ ਬਣ ਜਾਏ ਨਾ, ਕੰਨਾਂ ਵਿੱਚ ਮੁੰਦਰਾਂ ਪਾ ਲੈ, ਜੋਗੀ ਬਣ ਜਾਏ, ਫਿਰ ਧੰਨ ਧੰਨ ਸਾਡੇ ਨਾਲ ਜੁੜ ਜਾਏ ਤੇ ਸਾਡੇ ਪੰਥ ਦੀ ਜੈ ਜੈਕਾਰ ਹੋ ਜਾਏਗੀ। ਉਹਨਾਂ ਫਿਰ ਕਿਹਾ ਗੱਲ ਇਹ ਵੀ ਇਹਨੂੰ ਜੋ ਖੱਪਰ ਨਾਥ ਕਹਿੰਦਾ, ਗੋਰਖ ਕਹਿੰਦਾ ਸਾਹਮਣੇ ਨਾ ਪਾਣੀ ਇਹ ਪਾਣੀ ਭਰ ਕੇ ਲਿਆਏਗਾ। ਹਜ਼ੂਰ ਕਹਿੰਦੇ ਨੇ ਕਿਉਂ ਨਹੀਂ? ਉਹਨਾਂ ਨੇ ਛਲਚਾ ਕੀਤਾ, ਜਦੋਂ ਮੇਰੇ ਬਾਬਾ ਜੀ ਪਾਣੀ ਲੈਣ ਗਏ ਨਾ, ਉੱਥੇ ਪਾਣੀ ਦੀ ਥਾਂ ਤੇ ਕੀਮਤੀ ਮੋਤੀ ਪੈਦਾ ਕਰ ਦਿੱਤੇ, ਖੀਰੇ ਪੈਦਾ ਕਰ ਦਿੱਤੇ, ਚਮਕ ਮਾਰੇ ਸਾਰੀ ਪਹਾੜੀ। ਤੇ ਦਾਤਾ ਜੀ ਨੇ ਦੇਖਿਆ ਪਾਣੀ ਨਹੀਂ, ਵਾਪਸ ਆ ਗਏ ਤੇ ਕਹਿਣ ਲੱਗੇ ਨਾਥ ਜੀ ਉੱਥੇ ਪਾਣੀ ਹੈ ਨਹੀਂ। ਤੇ ਕਹਿਣ ਲੱਗੇ ਹੋਰ ਕੀ ਸੀ? ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ, ਉਹ ਨਾਥ ਯਾਦ ਰੱਖੀ ਜਿਸ ਕਰਕੇ ਤੂੰ ਮੈਨੂੰ ਭੇਜਿਆ, ਨਾਨਕ ਉਸ ਮਿੱਟੀ ਦਾ ਨਹੀਂ ਬਣਿਆ, ਚਾਰ ਪੱਥਰਾਂ ਨੂੰ ਦੇਖ ਕੇ ਤੇਰੇ ਅੱਗੇ ਝੁਕ ਜਾਏ, ਮੇਰਾ ਸੰਬੰਧ ਕੇਵਲ ਪਾਣੀ ਤੱਕ ਸੀ, ਮੈਂ ਪਾਣੀ ਦੇਖਣ ਗਿਆ ਪਾਣੀ ਨਹੀਂ, ਪਏ ਹੋਣਗੇ ਪੱਥਰ ਦੇ ਢੇਰ, ਨਾਨਕ ਨੇ ਉਹਨਾਂ ਪੱਥਰਾਂ ਤੋਂ ਲੈਣਾ ਸੀ। ਉੱਥੇ ਬਚਨ ਕਿਹਾ ਸਤਿਗੁਰੂ ਨੂੰ ਲਾਲਚ ਮੋਹ ਨਹੀਂ ਸਕਿਆ। ਭਾਈ ਗੁਰਦਾਸ ਕਹਿੰਦੇ ਨੇ ਸਿੱਧੀ ਮਨੇ ਵਿਚਾਰਿਆ, ਦਰਸ਼ਨ ਕਿਵੇਂ ਇਹ ਲੇਵੈ ਬਾਲਾ, ਬਾਲਾ ਦਰ ਤੇ ਬਾਲਕਾ, ਇਹ ਬਚੜੂ ਕਿਵੇਂ ਦਰਸ਼ਨ ਲਏਗਾ, ਦਰਸ਼ਨ ਦਰ ਤੇ ਸਾਡੀ ਸਿੱਖਿਆ। ਬਾਬਾ ਨਾਨਕ ਜੀ ਨੂੰ ਬਾਲਕਾ ਕਿਹਾ। ਕਈ ਵਾਰੀ ਹੰਕਾਰੀ ਬੰਦੇ ਦੇ ਸਾਹਮਣੇ ਨਾ, ਜੇ ਕੋਈ ਛੋਟੀ ਉਮਰ ਵਾਲਾ ਚੰਗੇ ਗੁਣਾਂ ਵਾਲਾ ਹੋਵੇ, ਉਹ ਨਾ ਉਹਦੀ ਤੁਹੀਨ ਕਰਨ ਲਈ ਕਹੇਗਾ ਇਸ ਮੁੰਡੂ ਜੇ ਨੂੰ ਕੀ ਪਤਾ। ਬਾਬੇ ਨੂੰ ਸ਼ਬਦ ਵਰਤੇ ਮੇਰੇ ਸਤਿਗੁਰੂ ਨੂੰ, ਕਹਿਣ ਲੱਗੇ ਸਿੱਧੀ ਮਨੇ ਵਿਚਾਰਿਆ, ਦਰਸ਼ਨ ਕਿਵੇਂ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਸਾਡੇ ਪੰਥ ਨੂੰ ਚਮਕਾ ਦੇਗਾ ਜੇ ਕਿਤੇ ਸਾਡੇ ਨਾਲ ਜੁੜ ਗਿਆ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਚਾਲਾ, ਬਾਬਾ ਆਇਆ ਪਾਣੀ ਹੈ ਜਿੱਥੇ ਰਤਨ ਜਵੇ ਹਰ ਲਾਲਾ। ਤੇ ਅੱਗੇ ਕਹਿੰਦੇ ਨੇ ਸਤਿਗੁਰ ਅਗੰਮ ਅਗਾਧ ਪੁਰਖ, ਉਹ ਜੋਗੀਓ ਮੇਰੇ ਗੁਰੂ ਨਾਨਕ ਨੂੰ ਲਾਲਚ ਨਾ ਠੱਗਣਾ ਚਾਹੁੰਦੇ ਹੋ? ਬਾਬਾ ਆਇਆ ਪਾਣੀ ਹੈ ਜਿੱਥੇ ਰਤਨ ਜਵੇ ਹਰ ਲਾਲਾ, ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ, ਕਿ ਗੁਰੂ ਨਾਨਕ ਦੇ ਸਾਹਮਣੇ ਕਿਤੇ ਲਾਲਚ ਖਲੋ ਸਕਦਾ, ਕਿਹੜਾ ਝੱਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰ, ਨਾਥ ਜੀ ਪਾਣੀ ਛੋੜ ਨਹੀਂ ਉਸ ਤਾਲਾ, ਤੇ ਉੱਥੇ ਜੋਗੀ ਆਪਣੇ ਨਾਲ ਮਿਲਾਣਾ ਚਾਹੁੰਦੇ ਨੇ। ਹਜ਼ੂਰ ਕਹਿਣ ਲੱਗੇ ਆਪਣਾ ਜੇ ਬਣਾਉਣਾ ਸੀ, ਤੁਹਾਡੇ ਅੰਦਰ ਅਜੇ ਵੀ ਮਾਇਆ ਦੀ ਪਕੜੇ, ਜੇ ਮਾਇਆ ਦੀ ਪਕੜ ਨਾ ਹੁੰਦੀ ਤਾਂ ਮੈਨੂੰ ਮਾਇਆ ਦੀ ਚਮਕ ਨਾ ਦਿਖਾਉਂਦੇ, ਤੁਸੀਂ ਤਾਂ ਖੁਦ ਮਾਇਆ ਵਿੱਚ ਠੱਗਿਓ, ਮੈਨੂੰ ਤੁਸੀਂ ਜੀਵਨ ਵਿੱਚ ਕਿਤੇ ਸੁੱਖ ਦਿਓ? ਕਹਿਣ ਲੱਗੇ ਬਾ ਫਿਰ ਆਇਆ ਗੁਰਨਾਥ ਜੀ ਪਾਣੀ ਛੋੜ ਨਹੀਂ ਉਸ ਤਾਲਾ, ਸਿੱਧ ਜਿੱਤੀ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਬਾਬਾ ਨਾਨਕ ਜੀ ਨੂੰ ਵੀ ਲਾਲਚ ਠੱਗ ਨਹੀਂ ਸਕਿਆ। ਹਜ਼ੂਰ ਅੱਜ ਕਹਿ ਰਹੇ ਨੇ ਖੇ ਲੋਭਾ ਐ ਲਾਲਚ ਲੰਪਟ ਸੰਘ ਸਿਰਮੋਰੈ, ਸਿਰਮੋਰੈ ਦਰ ਤੇ ਸ਼੍ਰੋਮਣੀ ਜਿਹੜੇ ਬੰਦੇ ਕਹਿੰਦੇ ਕਵਾਂਦੇ ਨੇ, ਤੂੰ ਉਹਨਾਂ ਨੂੰ ਵੀ ਚੰਬੜ ਜਾਣਾ, ਲੰਪਟ ਦਰ ਤੇ ਲਿਪਟ ਜਾਣਾ। ਖੇ ਲੋਭਾ ਲੰਪਟ ਸੰਘ ਸਿਰਮੋਰੈ, ਅਨਕ ਲਹਿਰੀ ਕਲੋਲ ਤੇ ਤੇਰੀਆਂ ਲਹਿਰਾਂ ਇੰਨੀਆਂ ਕੁ ਨੇ ਡੂੰਘੀਆਂ, ਇਹੋ ਜਿਹੀਆਂ ਛੱਲਾਂ ਨੇ ਤੇਰੀਆਂ ਲਹਿਰਾਂ ਵਿਚ ਬੰਦਾ ਕਲੋਲ ਕਰਦਾ, ਉਹਨੂੰ ਸਮਝ ਹੀ ਕੋਈ ਨੀ। ਅਨਕ ਲਹਿਰੀ ਕਲੋਲ ਤੇ ਧਾਵੰਤ ਜੀਆਂ ਬਹੁ ਪ੍ਰਕਾਰੰਗ, ਧਾਵੰਤ ਜੀਆਂ ਦਾ ਅਰਥ ਏ ਜੀਵ ਤੇਰੇ ਵਿਚ ਫਸੇ ਹੋਏ ਚਾਰ ਚੁਫੇਰੇ ਭਟਕਦੇ ਨੇ, ਅਨਕ ਭਾਂਤ ਬਹੁ ਡੋਲ ਤੇ ਤੂੰ ਕਈ ਭਾਂਤਾਂ ਦੇ ਨਾਲ ਬੰਦੇ ਨੂੰ ਡੁਲਾ ਕੇ ਰੱਖਦੇ ਨੇ, ਬੰਦੇ ਦਾ ਅੰਦਰ ਟਿਕਦਾ ਨਹੀਂ, ਅਨਕ ਭਾਂਤ ਬਹੁ ਡੋਲ ਤੇ। ਹਜ਼ੂਰ ਕਹਿੰਦੇ ਨੇ ਨੱਚ ਮਿੱਤਰੰਗ, ਜਿਹੜਾ ਬੰਦਾ ਲਾਲਚੀ ਹੋ ਗਿਆ ਯਕੀਨ ਕਰਿਓ ਉਹ ਮਿੱਤਰ ਮਾਰ ਜਾੜ ਮਾਰ ਕਰਦਿਆਂ ਵੀ